ਵੱਖਰਾ ਮਾਹੌਲ ਮਿਲਿਆ ਜਿਹਦੇ ਕਰ ਜਿਸ ਤੋਂ ਮੈਂ ਬਿਲਕੁਲ ਅਣਜਾਣ ਸੀਗਾ। ਜਦੋਂ ਉੱਥੇ ਜਾਣਾ, ਗਲੀ ਵਿੱਚ ਲੰਘਣਾ, ਕਿਸੇ ਨੇ ਹੱਸਣਾ, ਕਿਸੇ ਨੇ ਪਾਕੀ ਕਹਿ ਕੇ ਬੋਲਣਾ, ਕਿਸੇ ਨੇ ਬਿਨ ਲਾਦਨ ਕਹਿਣਾ, ਕਿਸੇ ਨੇ ਤਾਲੇਬਾਨ ਕਹਿਣਾ, ਹੈ ਨਾ, ਮਨ ਨੂੰ ਬੜਾ ਦੁੱਖ ਜਿਹਾ ਹੋਣਾ। ਅਤੇ ਮੈਨੂੰ ਉਹ ਚੀਜ਼ ਬੜਾ ਮਾਨਸਿਕ ਤੌਰ 'ਤੇ ਪਰੇਸ਼ਾਨੀ ਘਰ ਆ ਕੇ ਝੱਲਣੀ। ਉਦੋਂ ਮਨ 'ਚ ਇਹ ਆਉਣਾ ਵੀ ਅਸੀਂ ਬਾਜਾਂ ਵਾਲੇ ਦੇ ਪੋਤੇ ਹਾਂ ਅਤੇ ਗੁਰੂ ਸਾਹਿਬ ਨੇ ਸਾਨੂੰ ਇਹ ਸਰੂਪ ਦਿੱਤਾ ਅਤੇ ਇਹ ਲੋਕ ਮੈਨੂੰ ਇੱਕ ਗਲਤ ਜਿਹਾ, ਜਿੱਦਾਂ ਇੱਕ ਕਮੈਂਟ ਜਿਹਾ ਇੱਦਾਂ ਦਾ ਕਰਦਾ ਜਿੱਦਾਂ ਕੋਈ ਚੋਰ ਜਿਹਾ ਲੁੱਟਣ ਜਿਹੇ ਵਾਲੇ ਹੁੰਦੇ ਇੱਦਾਂ, ਹੈ ਨਾ। ਇੱਕ ਸਰਦਾਰ ਪਲਵਿੰਦਰ ਸਿੰਘ ਅਤੇ ਸੁਰਿੰਦਰ ਕੌਰ ਦਾ ਪੁੱਤ ਨਹੀਂ ਆ, ਮੈਂ ਗੁਰੂ ਗੋਬਿੰਦ ਸਿੰਘ ਦਾ ਵੀ ਪੁੱਤ ਆ ਅਤੇ ਮੇਰੇ ਉਹ ਵੀ ਫਰਜ਼ ਆ, ਕੋਈ ਕੌਮੀ ਫਰਜ਼ ਵੀ ਹੁੰਦੇ ਆ, ਹੈ ਨਾ, ਕਿ ਸਿਰਫ ਆਪਣੇ ਆਪਣਾ ਤੁਸੀਂ ਆਪਣਾ ਪੈਸੇ ਕਮਾ ਲਏ, ਘਰ ਬਣਾ ਲਿਆ, ਗੱਡੀਆਂ ਲੱਲੀਆਂ ਵੱਡੀਆਂ, ਇਹ ਤਾਂ ਸਾਰੇ ਕਰਦੇ ਆ। ਮੈਂ ਵੀ ਆਪਣੀ ਦਸਤਾਰ ਉਦੋਂ ਲਾ ਕੇ ਬਾਕੀਆਂ ਵਾਂਗੂ ਦਾੜੀ ਕਟਵਾ ਕੇ ਅਤੇ ਕੰਮ ਜਿਹੜਾ ਮਰਜ਼ੀ ਲੱਗ ਲੈਂਦਾ, ਪਰ ਉਦੋਂ ਫਿਰ ਇੱਕ ਜ਼ਮੀਰ ਮਾਰਨ ਵਾਲੀ ਗੱਲ ਹੋ ਗਈ ਨਾ, ਪੈਸਾ ਥੋੜ੍ਹੀ ਵੱਡਾ, ਹੈ ਨਾ। ਉਹ ਬੰਦਾ ਜਦੋਂ ਮੈਨੂੰ ਠੁਕਰਾ ਰਿਹਾ ਸੀਗਾ, ਮੈਨੂੰ ਨਕਾਰ ਰਿਹਾ ਸੀ ਵੀ ਤੂੰ ਕੰਮ ਨਹੀਂ ਕਰ ਸਕਦਾ, ਤੂੰ ਦਸਤਾਰ ਬੰਨੀ ਆ, ਜਿਸ ਦਿਨ ਮੈਂ ਵਾਪਸ ਆਉਣਾ ਸੀ ਉਹ ਬੰਦੇ ਦੀ ਅੱਖਾਂ 'ਚ ਅੱਥਰੂ ਸੀਗੇ। ਸੋ ਮੈਂ ਸੋਚਦਾ ਕਿ ਜਦੋਂ ਆਪਾਂ ਇਕੱਲੀ ਦਸਤਾਰ ਸਜਾਉਣੀ ਨਹੀਂ ਹੈ, ਕਮਾਉਣੀ ਆ, ਦਾੜੀ ਰੱਖਣੀ ਨਹੀਂ, ਦਾੜੀ ਕਮਾਉਣੀ ਆ, ਤੁਸੀਂ ਕੁਛ ਇੱਦਾਂ ਦਾ ਕਰੋ ਤੁਹਾਡੇ ਗੁਣਾਂ ਦੀ, ਉਹ ਹੁਣ ਮੈਨੂੰ ਯਾਦ ਕਰੇ ਨਾ ਯਾਦ ਕਰੇ, ਪਰ ਉਹ ਇੱਕ ਸਿੱਖ ਨੂੰ ਹਮੇਸ਼ਾ ਯਾਦ ਕਰੂਗਾ। ਜਿੱਦਾਂ ਰਾਸ਼ਟਰੀ ਪੱਧਰ ਦੀ ਇੱਕ ਉਹਨਾਂ ਨੇ ਪ੍ਰੋਗਰਾਮ ਕੀਤਾ ਜਿਹਦੇ ਵਿੱਚ ਸਿਰਫ ਸਿੱਖ ਧਰਮ ਬਾਰੇ ਦੱਸਣਾ ਸੀਗਾ, ਫਿਰ ਉਹਨੂੰ ਲੈ ਕੇ ਕਾਫੀ ਜਿੱਦਾਂ ਜਿਹੜੀ ਆਪਣੇ ਜੁਰਮਾਨੇ ਹੁੰਦੇ ਸੀ ਉਸ ਸਮੇਂ, ਜਿਹੜੀ ਸ਼੍ਰੀ ਸਾਹਿਬ ਲਾਦੀ, ਹਰ ਇੱਕ ਪੁਲਿਸ ਵਾਲੇ ਨੂੰ ਪਤਾ ਲੱਗ ਗਿਆ ਵੀ ਇੱਕ ਸਿੱਖ ਆ ਅਤੇ ਸ਼੍ਰੀ ਸਾਹਿਬ, ਇੱਥੋਂ ਤੱਕ ਹੋ ਗਿਆ ਕਿ ਜਦੋਂ ਕਈ ਵਾਰੀ ਲੰਘਣਾ ਨਾ ਤਾਂ ਪੁਲਿਸ ਵਾਲੇ ਰੋਕ ਕੇ ਕਹਿਣਾ ਵੀ ਤੂੰ ਸਿੰਘ ਆ। ਕੁੱਲ ਕਿੰਨੀਆਂ ਭਾਸ਼ਾਵਾਂ ਦੇ ਬਾਰੇ ਤੁਸੀਂ ਜਾਣਕਾਰੀ ਹਾਸਿਲ ਕੀਤੀ? ਗੁਰੂ ਸਾਹਿਬ ਦੀ ਕਿਰਪਾ ਨਾਲ 6-7 ਆਉਂਦੀਆਂ ਹੀ ਆ। ਕਿਹੜੀਆਂ ਕਿਹੜੀਆਂ? ਪੰਜਾਬੀ, ਹਿੰਦੀ, ਅੰਗਰੇਜ਼ੀ ਹੋ ਗਈ, ਹਾਂਜੀ, ਸਪੈਨਿਸ਼ ਹੋ ਗਈ, ਕਤਲਾਨ ਹੋ ਗਈ, ਫ੍ਰੈਂਚ ਹੋ ਗਈ ਅਤੇ ਥੋੜ੍ਹਾ ਬਹੁਤਾ ਡੱਚ ਨੂੰ ਵੀ ਹੱਥ ਪਾ ਲਈਦਾ। ਅੱਛਾ, ਡੱਚ ਨੂੰ ਹੱਥ ਪਾ ਲਿਆ। ਇਹ ਹਮੇਸ਼ਾ ਮੈਨੂੰ ਮੰਮਾ ਇਹੋ ਕਹਿੰਦੇ ਹੁੰਦੇ ਕਿ ਤੂੰ ਪੁੱਤ ਜੇ ਮੇਰਾ ਪੁੱਤ ਆ ਅਤੇ ਮੇਰੀ ਕੁੱਖ ਨੂੰ ਦਾਗ ਨਾ ਲੱਗਣ ਦੇਈ, ਸਿੱਖੀ ਕਮਾਈ, ਪੈਸੇ ਨਾ ਭਾਵਾਂ ਕਮਾਈ ਪਰ ਸਿੱਖੀ ਜ਼ਰੂਰ ਕਮਾਈ। ਵਿਸ਼ਵ ਪੱਧਰ 'ਤੇ ਸਿੱਖਾਂ ਨੇ ਬੇਸ਼ੱਕ ਆਪਣੀ ਵਿਲੱਖਣ ਪਹਿਚਾਣ ਬਣਾ ਲਈ ਹੈ ਅਤੇ ਪਹਿਚਾਣ ਵੀ ਇਸ ਤਰੀਕੇ ਦੇ ਨਾਲ ਬਣਾਈ ਹੈ ਕਿ ਅੱਜ ਕਈ ਵਿਦੇਸ਼ੀ ਮੁਲਕਾਂ ਦੇ ਵਿੱਚ ਉੱਚੇ ਅਹੁਦਿਆਂ 'ਤੇ ਸਿੱਖ ਕਮਿਊਨਿਟੀ ਦੇ ਕਈ ਲੋਕ ਬਿਰਾਜਮਾਨ ਨੇ, ਇੱਥੋਂ ਤੱਕ ਕਿ ਕਈ ਮੁਲਕਾਂ ਦੇ ਵਿੱਚ ਸਰਕਾਰਾਂ ਚਲਾਉਣ ਦਾ ਸਬੱਬ ਵੀ ਬਣਿਆ ਅਤੇ ਸਿੱਖ ਕਮਿਊਨਿਟੀ ਦੇ ਲੋਕ ਉੱਥੇ ਮੰਤਰੀ ਅਹੁਦਿਆਂ 'ਤੇ ਵੀ ਬੈਠੇ ਹੋਏ ਨੇ। ਬੇਸ਼ੱਕ ਇਹ ਪਹਿਚਾਣ ਵਿਲੱਖਣ ਬਣ ਗਈ ਹੈ, ਸਿੱਖ ਭਾਈਚਾਰੇ ਦੀ ਪਕੜ ਘੱਟ ਗਿਣਤੀਆਂ 'ਚ ਹੋਣ ਦੇ ਬਾਵਜੂਦ ਚੰਗੀ ਬਣ ਗਈ ਹੈ, ਪਰ ਅੱਜ ਵੀ ਸਿੱਖਾਂ ਨੂੰ ਕਈ ਮੁਲਕਾਂ ਦੇ ਅੰਦਰ ਆਪਣੀ ਪਛਾਣ ਦੀ ਲੜਾਈ ਲੜਨੀ ਪੈ ਰਹੀ ਹੈ। ਬੇਸ਼ੱਕ ਸਿੱਖ ਇਤਿਹਾਸ ਇੱਕ ਵੱਡਾ ਇਤਿਹਾਸ ਹੈ, ਸ਼ਹਾਦਤਾਂ ਅਤੇ ਲਸਾਨੀ ਸ਼ਹਾਦਤਾਂ ਅਤੇ ਕੁਰਬਾਨੀਆਂ ਦਾ ਇਤਿਹਾਸ ਹੈ, ਪਰ ਇਹਦੇ ਬਾਵਜੂਦ ਇੱਕ ਅਫਸੋਸਜਨਕ ਪੱਖ ਹੈ ਕਿ ਅੱਜ ਵੀ ਸਿੱਖਾਂ ਨੂੰ ਆਪਣੀ ਦਸਤਾਰ ਅਤੇ ਆਪਣੇ ਪੰਜ ਕਕਾਰਾਂ ਦੇ ਬਾਰੇ ਕਈ ਮੁਲਕਾਂ 'ਚ ਦੱਸਣਾ ਪੈ ਰਿਹਾ। ਅੱਜ ਵੀ ਦਸਤਾਰ ਦੇ ਨਾਲ ਰੇਸਿਜ਼ਮ ਹੁੰਦਾ ਸਾਹਮਣੇ ਆਉਂਦਾ। ਅੱਜ ਵੀ ਸਿੱਖ ਨੂੰ ਜਿਹੜੇ ਕਿ ਹਮੇਸ਼ਾ ਦੂਸਰੀ ਕਮਿਊਨਿਟੀ ਦੇ ਖਿਲਾਫ ਵੀ ਹੋਣ ਵਾਲੇ ਜ਼ੁਲਮ ਦੇ ਖਿਲਾਫ ਖੜ੍ਹੇ ਨੇ, ਪਰ ਇਹਦੇ ਬਾਵਜੂਦ ਅੱਜ ਸਿੱਖ ਦੀ ਦਸਤਾਰ ਨੂੰ ਵੇਖ ਕੇ ਉਸਨੂੰ ਜਾਂ ਤਾਂ ਮੁਸਲਮਾਨ ਮੰਨਿਆ ਜਾਂਦਾ ਅਤੇ ਜਾਂ ਫਿਰ ਉਸਨੂੰ ਅੱਤਵਾਦੀ ਸ਼ਬਦ ਦੇ ਨਾਲ ਸੰਬੋਧਨ ਕੀਤਾ ਜਾਂਦਾ। ਪਰ ਇਹਦੇ ਬਾਵਜੂਦ ਬਹੁਤ ਸਾਰੇ ਲੋਕ ਅਜਿਹੇ ਹੋਏ ਨੇ ਜਿਨ੍ਹਾਂ ਨੇ ਡਾਇਸਪੁਰਾ ਦੇ ਅੰਦਰ ਸਿੱਖਾਂ ਦੀ ਪਛਾਣ ਨੂੰ ਲੈ ਕੇ ਇੱਕ ਵੱਡੀ ਲੜਾਈ ਲੜੀ ਹੈ, ਅਤੇ ਉਸੇ ਹੀ ਉਮੀਦ ਦੀ ਲਹਿਰ ਦੇ ਵਿੱਚ ਇੱਕ ਉਮੀਦ ਦਾ ਬੰਦਾ ਹੈ ਅੰਮ੍ਰਿਤਸਰ ਦਾ ਜੰਪਲ, ਜਿਹੜਾ ਕਿ ਸਪੇਨ ਦੀ ਧਰਤੀ 'ਤੇ ਜਾਂਦਾ, ਔਰ ਸਪੇਨ ਦੇ ਵਿੱਚ ਕਿਸੇ ਸਮੇਂ ਦੇ ਵਿੱਚ ਜਦੋਂ ਸਿੱਖਾਂ ਦੀ ਦਸਤਾਰ ਨੂੰ ਲੈ ਕੇ ਉਹਨਾਂ ਦੇ ਕਕਾਰਾਂ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਜਾਂਦੀਆਂ ਸਨ ਅਤੇ ਕਿਰਪਾਨ ਪਾਉਣ 'ਤੇ ਪਾਬੰਦੀ ਵੀ ਸੀ ਔਰ ਜੁਰਮਾਨਾ ਤੱਕ ਵੀ ਹੁੰਦਾ ਸੀ, ਤਾਂ ਉਸ ਨੌਜਵਾਨ ਨੇ ਉੱਥੇ ਜਾ ਕੇ ਸਿੱਖਾਂ ਦੀ ਪਛਾਣ 'ਤੇ ਵੱਡੇ ਪੱਧਰ 'ਤੇ ਕੰਮ ਕੀਤਾ। ਮੇਰੇ ਨਾਲ ਹੈ ਗਗਨਦੀਪ ਸਿੰਘ ਖਾਲਸਾ, ਜਿਹੜੇ ਕਿ ਅੰਮ੍ਰਿਤਸਰ ਨਾਲ ਸੰਬੰਧ ਰੱਖਦੇ ਨੇ ਅਤੇ ਸਪੇਨ 'ਚ ਇਸ ਵਕਤ ਰਹਿ ਰਹੇ ਨੇ। ਗਗਨ, ਬਹੁਤ ਬਹੁਤ ਸਵਾਗਤ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਗਨਦੀਪ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਮੈਂ ਚਾਹੂੰਗਾ ਕਿ ਬੇਸ਼ੱਕ ਤੁਸੀਂ ਕਿਸੇ ਪਛਾਣ ਦੇ ਮੁਹਤਾਜ ਨਹੀਂ ਹੋ, ਪਰ ਮੈਂ ਚਾਹੂੰਗਾ ਕਿ ਤੁਸੀਂ ਆਪਣੇ ਬਾਰੇ ਥੋੜ੍ਹਾ, ਜਗਬਾਣੀ 'ਤੇ ਜੁੜੇ ਹੋਏ ਜਿਹੜੇ ਨਵੇਂ ਦਰਸ਼ਕ ਨੇ ਜਿਹੜੇ ਤੁਹਾਡੇ ਬਾਰੇ ਨਹੀਂ ਜਾਣਦੇ, ਉਹਨਾਂ ਨੂੰ ਆਪਣੀ ਜਾਣਕਾਰੀ ਦਿਓ ਇੱਕ ਭੂਮਿਕਾ ਦੇ ਰੂਪ 'ਚ। ਹਾਂਜੀ, ਮੇਰਾ ਜਨਮ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਪਿੰਡ ਵੇਰਕਾ ਹੋਇਆ, ਅਤੇ ਮੈਨੂੰ ਇੱਥੋਂ ਗਏ ਨੂੰ ਤਕਰੀਬਨ ਕੋਈ 16 ਸਾਲ ਹੋ ਗਏ। ਸੋ ਮੈਂ ਪਿਛਲੇ 12-13 ਸਾਲ ਤੋਂ ਕਤਲੂਨੀਆ ਦੇ ਸ਼ਹਿਰ ਬਾਰਸੀਲੋਨਾ ਵਿੱਚ ਰਹਿ ਰਿਹਾ ਜੀ। ਅਤੇ ਸੋ ਜਦੋਂ ਉੱਥੇ ਗਏ ਸੀਗੇ, ਜਿੱਦਾਂ ਬਾਕੀ ਨੌਜਵਾਨ ਜਾਂਦੇ ਸਾਰੇ ਪੜ੍ਹਾਈ ਦੇ ਤੌਰ 'ਤੇ, ਮੈਂ ਵੀ ਇੱਥੋਂ ਗਿਆ ਸੀਗਾ। ਹਰ ਇੱਕ ਦੀ ਇੱਕ ਸੋਚ ਸੀਗੀ ਕਿ ਬਾਹਰ ਜਾਈਏ, ਪੈਸੇ ਵੱਧ ਕਮਾਈਏ, ਪਰ ਉੱਥੇ ਜਾ ਕੇ ਇੱਕ ਬਿਲਕੁਲ ਹੋਰ ਹੀ ਵੱਖਰਾ ਮਾਹੌਲ ਮਿਲਿਆ ਜਿਹਦੇ ਕਰ ਜਿਸ ਤੋਂ ਮੈਂ ਬਿਲਕੁਲ ਅਣਜਾਣ ਸੀਗਾ। ਜਦੋਂ ਉੱਥੇ ਜਾਣਾ, ਗਲੀ ਵਿੱਚ ਲੰਘਣਾ, ਕਿਸੇ ਨੇ ਹੱਸਣਾ, ਕਿਸੇ ਨੇ ਬਾਕੀ ਕਹਿ ਕੇ ਬੋਲਣਾ, ਕਿਸੇ ਨੇ ਬਿਨ ਲਾਦਨ ਕਹਿਣਾ, ਕਿਸੇ ਨੇ ਤਾਲੇਬਾਨ ਕਹਿਣਾ, ਹੈ ਨਾ, ਮਨ ਨੂੰ ਬੜਾ ਦੁੱਖ ਜਿਹਾ ਹੋਣਾ, ਕਿਉਂਕਿ ਜਦੋਂ ਤੁਸੀਂ ਨਵੇਂ ਜਾਂਦੇ ਆ, ਤੁਸੀਂ ਇੱਕ ਵੱਖਰਾ ਸੱਭਿਆਚਾਰ, ਵੱਖਰੇ ਲੋਕ, ਵੱਖਰਾ ਦੇਸ਼, ਵੱਖਰੀ ਭਾਸ਼ਾ,
ਤੁਸੀਂ ਆਪਣਾ ਕੈਰੀਅਰ ਲੱਭਦੇ ਹੁੰਦੇ ਕਿ ਮੈਂ ਪੜ੍ਹਾਈ ਕਰਨੀ ਆ, ਮੈਂ ਕੁਛ ਕਾਮਯਾਬ ਹੋਣਾ, ਤੁਸੀਂ ਜਾ ਰਹੇ ਹਾਂ, ਉਹ ਤੁਹਾਨੂੰ ਲੋਕ ਜਾਣਦੇ ਨਹੀਂ, ਤੁਹਾਡਾ ਸਰੂਪ ਵੇਖ ਕੇ ਤੁਹਾਨੂੰ ਉਹ ਕੰਮ ਤੋਂ ਬਾਹਰ ਭੇਜ ਰਹੇ ਵੀ ਤੁਹਾਨੂੰ ਕੰਮ ਨਹੀਂ ਮਿਲਣਾ, ਪਹਿਲਾਂ ਤੂੰ ਦਾੜੀ ਕੱਟ ਕੇ ਆ ਦੱਸਦਾ ਹੈ ਨਾ, ਅਤੇ ਉਹ ਚੀਜ਼ ਇੱਕ ਤੁਹਾਡੇ ਕੋਲ ਕੰਮ ਨਹੀਂ ਹੈਗਾ, ਇੱਕ ਤੁਹਾਡੇ ਕੋਲ ਜਿਹੜੀ ਫੀਸ ਦੇਣੀ ਤੁਹਾਡੇ ਕੋਲ ਉਹਦੇ ਪੈਸੇ ਹੈ ਨਹੀਂ ਆ, ਇੱਕ ਜਿੱਥੇ ਤੁਸੀਂ ਰਹਿ ਕਿਰਾਇਆ ਹੈ ਨਹੀਂ ਆ, ਫਿਰ ਤੁਹਾਡੇ ਕੋਲ ਆਪਣੇ ਖਾਣ ਜੋਗੇ ਹੈ ਨਹੀਂ ਆ, ਇੱਕ ਦੂਸਰਾ ਕੰਮ ਜੇ ਕੋਈ ਮਿਲ ਰਿਹਾ ਤੁਹਾਨੂੰ ਅੱਗੋਂ ਜਵਾਬ ਮਿਲ ਰਿਹਾ, ਉਹ ਚੀਜ਼ ਕਿਤੇ ਨਾ ਕਿਤੇ ਮਾਨਸਿਕ ਤੌਰ 'ਤੇ ਬੰਦੇ ਨੂੰ ਕਾਫੀ ਪਰੇਸ਼ਾਨ ਕਰਦੀ ਆ, ਅਤੇ ਉਹ ਚੀਜ਼ ਦੇ ਵਿੱਚ ਰਹਿ ਕੇ ਉਦੋਂ ਮੈਨੂੰ ਪਹਿਲਾਂ ਤਾਂ ਬਾਕੀਆਂ ਵਾਂਗੂ ਸੀ ਮੇਰੇ ਮਨ 'ਚ ਵੀ ਕਿ ਮੈਂ ਆਪਣਾ ਕੈਰੀਅਰ, ਪਰ ਜਦੋਂ ਲੋਕਾਂ ਨੇ ਮੇਰੇ ਵੱਲ ਵੇਖ ਕੇ ਇੱਦਾਂ ਹੱਸਣਾ, ਕਿਸੇ ਨੇ ਕੁਛ ਕਰਨਾ, ਤਾਂ ਮੈਨੂੰ ਉਹ ਚੀਜ਼ ਬੜਾ ਮਾਨਸਿਕ ਤੌਰ 'ਤੇ ਪਰੇਸ਼ਾਨੀ ਘਰ ਅੱਗੇ ਝੱਲਣੀ, ਅਤੇ ਉਦੋਂ ਮਨ 'ਚ ਇਹ ਆਉਣਾ ਵੀ ਅਸੀਂ ਬਾਜਾਂ ਵਾਲੇ ਦੇ ਪੋਤੇ ਹਾਂ, ਅਤੇ ਗੁਰੂ ਸਾਹਿਬ ਨੇ ਸਾਨੂੰ ਇਹ ਸਰੂਪ ਦਿੱਤਾ, ਅਤੇ ਇਹ ਲੋਕ ਮੈਨੂੰ ਇੱਕ ਗਲਤ ਜਿਹਾ ਜਿੱਦਾਂ ਇੱਕ ਕਮੈਂਟ ਜਿਹਾ ਇੱਦਾਂ ਦਾ ਕਰਦਾ ਜਿੱਦਾਂ ਕੋਈ ਚੋਰ ਜਿਹਾ ਲੁੱਟਣ ਜਿਹੇ ਵਾਲੇ ਹੁੰਦੇ ਇੱਦਾਂ ਨਾ, ਅਤੇ ਮਨ 'ਚ ਇਹ ਚੀਜ਼ ਹੋਣੀ ਕਿ ਅਸੀਂ ਵੰਡਣ ਵਾਲੇ ਦੇ ਪੋਤੇ ਹਾਂ, ਅਸੀਂ ਵੰਡਣ ਵਾਲੇ ਦਾ ਸਾਡਾ ਵਿਰਸਾ ਕਿੱਡਾ ਵਿਲੱਖਣ ਆ, ਇਹ ਲੋਕ ਮੇਰੇ 'ਤੇ ਹੱਸਦੇ, ਬਸ ਉਹ ਚੀਜ਼ ਨੂੰ ਲੈ ਕੇ ਮੈਂ ਭਾਸ਼ਾ ਵਾਲੇ ਜ਼ੋਰ ਦਿੱਤਾ ਹੈ ਨਾ, ਸਪੈਨਿਸ਼ ਸਿੱਖੀ, ਕਤਲਾਨ ਸਿੱਖੀ, ਸ਼ਾਇਦ ਜੇ ਮੈਂ ਉਸ ਤਰ੍ਹਾਂ ਹੁੰਦਾ ਤਾਂ ਮੈਂ ਵੀ ਬਾਕੀਆਂ ਵਾਂਗੂ ਸਿਰਫ ਕੰਮ 'ਤੇ, ਪਰ ਉਦੋਂ ਮੈਨੂੰ ਲੱਗਾ ਕਿ ਮੈਂ ਹੁਣ ਆਪਣਾ ਕੈਰੀਅਰ ਨਹੀਂ ਬਣਾਉਣਾ, ਆਪਣੀ ਪਹਿਚਾਣ ਬਣਾਉਣੀ ਇਹਨਾਂ ਲੋਕਾਂ ਦੇ ਅੱਗੇ ਕਿ ਇੱਕ ਸਿੱਖ ਕੀ ਹੁੰਦਾ, ਉਸ 'ਤੇ ਲੜੀ ਦੇ ਫਿਰ ਉੱਥੇ ਮੈਂ ਸਕੂਲ ਵਿੱਚ ਜਦੋਂ ਦਾਖਲਾ ਲੈਣ ਨਹੀਂ ਗਿਆ, ਉਹ ਕਹਿਣਾ ਸਾਡੇ ਕੋਲ ਜਗ੍ਹਾ ਹੈ ਨਹੀਂ ਆ, ਅਤੇ 360 ਵਿਦਿਆਰਥੀ ਸੀਗੇ, ਚਲੋ ਉਹਨਾਂ ਨੂੰ ਮੇਰਾ ਰੁਝਾਨ ਦੇਖਿਆ ਅਤੇ ਉਹਨਾਂ ਨੇ ਮੈਨੂੰ ਉੱਥੇ ਦਾਖਲਾ ਦੇ ਦਿੱਤਾ, ਅਤੇ ਉਹ ਮੈਨੂੰ ਯਾਦ ਹੈ ਕਿ 4 ਮਹੀਨਿਆਂ 'ਚ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਨੂੰ ਵਧੀਆ ਭਾਸ਼ਾ, 6 ਮਹੀਨਿਆਂ ਬਾਅਦ ਮੈਨੂੰ ਉੱਥੇ ਬਤੌਰ ਅਧਿਆਪਕ ਮੈਨੂੰ ਉੱਥੇ ਉਹਨਾਂ ਨੇ ਬਾਅਦ ਵਿੱਚ ਨੌਕਰੀ ਦੇ ਦਿੱਤੀ, ਫਿਰ ਮੈਂ 2 ਸਾਲ ਉੱਥੇ ਸਪੈਨਿਸ਼ ਅਤੇ ਕਤਲਾਨ ਸਿਖਾਉਣ ਦੇ ਵਿੱਚ ਕੀਤੀ, ਨਾਲ ਨਾਲ ਫਿਰ ਮੈਂ ਇਹਦਾ ਪ੍ਰੈਜੈਂਟੇਸ਼ਨਾਂ ਸ਼ੁਰੂ ਕੀਤੀਆਂ ਕਿ ਸਿੱਖ ਧਰਮ ਹੈ ਕੀ ਆ, ਸਿੱਖ ਕੀ ਆ, ਸਕੂਲਾਂ 'ਚ ਜਾਣਾ, ਲਾਗੇ ਜਿਹੜੀਆਂ ਕਿਸੇ ਐਸੋਸੀਏਸ਼ਨਾਂ ਜਾਂ ਜਿਹੜੀ ਕਾਰਪੋਰੇਸ਼ਨ ਦਫ਼ਤਰ ਹੋ ਗਿਆ ਉੱਥੇ ਜਾਣਾ ਵੀ ਇੱਕ ਸਿੱਖ ਧਰਮ ਹੈ ਕੀ ਆ, ਸੋ ਇਹ ਚੀਜ਼ਾਂ ਦੇ ਨਾਲ ਨਾਲ ਬਸ ਫਿਰ ਜ਼ਿਆਦਾ ਮੇਰਾ ਮਨ ਕੰਮ ਵੱਲ ਘੱਟ, ਅਤੇ ਬਸ ਮੈਨੂੰ ਇੱਧਰ ਹੀ ਲੱਗਾ ਕਿ ਮੈਂ ਇੱਕ ਸਰਦਾਰ ਪਲਵਿੰਦਰ ਸਿੰਘ ਅਤੇ ਸੁਰਿੰਦਰ ਕੌਰ ਦਾ ਪੁੱਤ ਨਹੀਂ ਆ, ਮੈਂ ਗੁਰੂ ਗੋਬਿੰਦ ਸਿੰਘ ਦਾ ਵੀ ਪੁੱਤ ਹਾਂ, ਅਤੇ ਮੇਰੇ ਉਹ ਵੀ ਫਰਜ਼ ਆ, ਕੋਈ ਕੌਮੀ ਫਰਜ਼ ਵੀ ਹੁੰਦੇ ਆ, ਹੈ ਨਾ, ਕਿ ਸਿਰਫ ਆਪਣਾ ਤੁਸੀਂ ਆਪਣਾ ਪੈਸੇ ਕਮਾ ਲਏ, ਘਰ ਬਣਾ ਲਿਆ, ਗੱਡੀਆਂ ਲੈ ਲਈਆਂ ਵੱਡੀਆਂ, ਇਹ ਤਾਂ ਸਾਰੇ ਹੀ ਕਰਦੇ ਆ, ਪਰ ਇੰਪੋਰਟੈਂਟ ਗੱਲ ਇਹ ਹੈ ਗਗਨਦੀਪ ਜੀ ਕਿ ਜਦੋਂ ਆਮ ਤੌਰ 'ਤੇ ਇੱਥੋਂ ਦੇ ਜਿਹੜੇ ਨੌਜਵਾਨ ਨੇ ਉਹ ਵਿਦੇਸ਼ ਦੀ ਧਰਤੀ 'ਤੇ ਜਾਂਦੇ ਆ ਤਾਂ ਬਹੁਤ ਸਾਰੀਆਂ ਚੁਣੌਤੀਆਂ ਸਾਹਮਣੇ ਹੁੰਦੀਆਂ, ਹਾਂਜੀ, ਫੀਸ ਕਿਵੇਂ ਕੱਢਣੀ ਹੈ, ਹਾਂਜੀ, ਖਰਚਾ ਕਿਵੇਂ ਕੱਢਣਾ ਹੈ, ਤੁਹਾਡਾ ਪੰਜਾਬ ਤੋਂ ਵਿਦੇਸ਼ ਦਾ ਸਬਾਬ ਕਿਵੇਂ ਬਣਿਆ, ਵਜ੍ਹਾ ਕੀ ਸੀ ਜਾਣ ਦੀ, ਤੁਹਾਡੀ ਵੀ ਉਹੀ ਦੌੜ ਸੀ ਜਿਵੇਂ ਨੌਜਵਾਨ ਲਗਾਤਾਰ ਪੜ੍ਹਨ ਜਾ ਰਿਹਾ ਜਾਂ ਕੋਈ ਹੋਰ ਵਜ੍ਹਾ ਸੀ? ਇੱਕ ਛੋਟੇ ਹੁੰਦੇ ਨਾ ਮਨ 'ਚ ਚਾਅ ਜਿਹਾ ਸੀਗਾ, ਹੈ ਨਾ, ਸਾਡੇ ਕਾਫੀ ਪਰਿਵਾਰ 'ਚੋਂ ਬਾਹਰ ਸੀ, ਇੱਕ ਮਨ 'ਚ ਇੱਕ ਜ਼ਰੂਰਤ ਨਹੀਂ ਸੀਗੀ, ਬਸ ਇੱਕ ਚਾਅ ਸੀਗਾ ਕਿ ਬਾਹਰ ਜਾਣਾ, ਹੈ ਨਾ, ਬਾਕੀ ਮੈਂ ਇੱਥੇ ਵੀ ਰਹਿੰਦਾ, ਇੱਥੇ ਵੀ ਸਭ ਕੁਛ ਗੁਰੂ ਸਾਹਿਬ ਦੀ ਕਿਰਪਾ ਨਾਲ ਵਧੀਆ ਸੀਗਾ, ਬਸ ਛੋਟੇ ਹੁੰਦੇ ਇੱਕ ਮਨ 'ਚ ਚਾਅ ਜਿਹਾ ਕਿ ਬਾਹਰ ਜਾਣਾ ਵਾ, ਹੈ ਨਾ, ਅਤੇ ਉਹ ਬਸ ਉਸੇ ਚੀਜ਼ ਨੂੰ ਲੈ ਕੇ ਮੈਂ ਬਾਹਰ ਗਿਆ, ਪਰ ਇਹ ਨਹੀਂ ਸੀ ਪਤਾ ਵੀ ਉੱਥੇ ਜਾ ਕੇ ਕੀ ਆਪਾਂ ਨੂੰ। ਸਭ ਤੋਂ ਪਹਿਲਾਂ ਤੁਸੀਂ ਸਵਿਟਜ਼ਰਲੈਂਡ ਗਏ? ਹਾਂਜੀ, ਸਵਿਟਜ਼ਰਲੈਂਡ, ਫਿਰ ਉਸ ਤੋਂ ਬਾਅਦ ਮੈਂ ਬੈਲਜੀਅਮ ਵੀ ਗਿਆ, ਫਿਰ ਬਾਅਦ ਵਿੱਚ ਮੈਂ ਸਪੇਨ ਆਇਆ। ਫਿਰ ਉੱਥੇ ਕਿਉਂ ਨਹੀਂ ਟਿਕਾ ਹੋਇਆ ਸਵਿਟਜ਼ਰਲੈਂਡ ਅਤੇ ਬੈਲਜੀਅਮ? ਸਵਿਟਜ਼ਰਲੈਂਡ ਵਿੱਚ ਵੀਰ ਜੀ ਵੇਖੋ, ਉੱਥੇ ਵਿਦੇਸ਼ੀ ਮੁਲਕ ਆ, ਉੱਥੇ ਰੈਸਟੋਰੈਂਟ ਲਾਈਨ ਜ਼ਿਆਦਾ ਵਾ, ਅਤੇ ਹਰ ਕੰਮ ਵਿੱਚ ਰੈਸਟੋਰੈਂਟ ਦਾ, ਫਿਰ ਉਹਦੇ ਵਿੱਚ ਸਿੱਖੀ ਸਰੂਪ ਵਾਲੇ ਬੰਦੇ ਨੂੰ ਥੋੜ੍ਹਾ ਉੱਥੇ ਕੰਮ ਦੀ ਕਾਫੀ ਮੁਸ਼ਕਲ ਆਉਂਦੀ ਆ, ਉਹਦੇ ਕਰਕੇ ਫਿਰ ਮੈਂ ਬੈਲਜੀਅਮ ਆ ਗਿਆ ਸੀਗਾ, ਅਤੇ ਉੱਥੇ ਵੀ ਮੈਨੂੰ ਉਹੀ ਮੁਸ਼ਕਲਾਂ ਦਰਪੇਸ਼ ਆਈਆਂ, ਪਰ ਬਾਅਦ ਵਿੱਚ ਫਿਰ ਮੈਂ ਜੋ ਸਪੇਨ ਇਸੇ ਚੀਜ਼ ਕਰਕੇ ਕਿ ਉੱਥੇ ਵੀ ਉਹ ਮਾਲ ਸੀ, ਹਾਂਜੀ, ਪਰ ਫਿਰ ਉਦੋਂ ਮਨ 'ਚ ਇਹ ਵੀ ਚਾਅ ਆਉਣਾ ਕਿ ਯਾਰ ਹਲ ਬੰਦਾ ਉਹ ਨਹੀਂ ਹੁੰਦਾ ਹਾਲਾਤਾਂ ਨਾਲ ਮੁੜ ਜੇ, ਹੁਣ ਮੈਂ ਵੀ ਆਪਣੀ ਦਸਤਾਰ ਉਦੋਂ ਲਾ ਕੇ ਬਾਕੀਆਂ ਵਾਂਗੂ ਦਾੜੀ ਕਟਵਾ ਕੇ ਅਤੇ ਕੰਮ ਜਿਹੜਾ ਮਰਜ਼ੀ ਲੱਗ ਲੈਂਦਾ, ਪਰ ਉਦੋਂ ਫਿਰ ਇੱਕ ਜ਼ਮੀਰ ਮਾਰਨ ਵਾਲੀ ਗੱਲ ਹੋ ਗਈ ਨਾ, ਪੈਸਾ ਥੋੜ੍ਹੀ ਵੱਡਾ, ਹੈ ਨਾ, ਆਮ ਤੌਰ 'ਤੇ ਨੌਜਵਾਨ ਇਹ ਹਵਾਲਾ ਦਿੰਦੇ ਆ ਕਿ ਉਹਨਾਂ ਮੁਲਕਾਂ 'ਚ ਹੁਣ ਸੌਖਾ ਨਹੀਂ ਹੈ, ਸਾਨੂੰ ਦਸਤਾਰ ਕਰਕੇ ਕੰਮ ਨਹੀਂ ਮਿਲਦਾ, ਸਾਡੇ ਲਈ ਔਖਾ ਹੋ ਗਿਆ, ਸਾਨੂੰ ਕੇਸ ਕਟਾਉਣੇ ਪੈਣੇ ਆ, ਹਾਂਜੀ ਵੀ ਤੁਹਾਡੇ ਲਈ ਕੀ ਮਾਹੌਲ ਸੀ ਜਦੋਂ ਸਪੇਨ ਤੁਸੀਂ ਪਹੁੰਚੇ? ਹਾਂਜੀ, ਉਦੋਂ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਸੀ, ਤੁਸੀਂ ਕੰਮ ਦੀ ਭਾਲ ਕੀਤੀ, ਕਿਸ ਤਰ੍ਹਾਂ ਦਾ ਬਿਹੇਵੀਅਰ ਸੀ ਉੱਥੋਂ ਦੇ ਸਪੈਨਿਸ਼ ਲੋਕਾਂ ਦਾ, ਰਵੱਈਆ ਕੀ ਸੀ? ਦੇਖੋ, ਉਹ ਲੋਕ ਬਿਲਕੁਲ ਅਣਜਾਣ ਨੇ ਆਪਣੇ ਤੋਂ, ਉਹ ਹਮੇਸ਼ਾ ਜਦੋਂ ਇੱਕ ਦਸਤਾਰ ਵਾਲੇ ਸਿੰਘ ਨੂੰ ਵੇਖਦੇ ਆ, ਉਹ ਪਹਿਲੀ ਗੱਲ ਉਹ ਇਸਲਾਮ ਨਾਲ ਜੋੜਦੇ ਆ, ਅਤੇ ਜਿਹੜੀ ਇਸਲਾਮ ਦੀ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਤਸਵੀਰ ਛਪੀ ਆ, ਉਹ ਇੱਕ ਜ਼ਿਆਦਾਤਰ ਉਹ ਅੱਤਵਾਦ ਨੂੰ ਲੈ ਕੇ, ਹੈ ਨਾ, ਜ਼ਿਆਦਾ ਕੋਈ ਵੀ ਹਮਲਾ ਬਿੱਲ ਨਾ ਦਿੰਦੀ, ਜ਼ਿਆਦਾਤਰ ਇੱਕ ਜਿਹੜੀ ਤਸਵੀਰ ਉਹ ਵੀ ਖਾਸ ਤੌਰ 'ਤੇ ਜਿਸ ਤਰ੍ਹਾਂ ਦੀ ਦਸਤਾਰ ਤੁਸੀਂ ਸਜਾਈ ਆ ਦਮਾਲਾ ਦੇ ਰੂਪ 'ਚ, ਹਾਂਜੀ, ਇਹਨੂੰ ਖਾਸ ਤੌਰ 'ਤੇ ਉਸ ਤਰ੍ਹਾਂ ਇਮੀਗ੍ਰੇਸ਼ਨ 'ਤੇ ਵੀ ਇੱਦਾਂ ਟ੍ਰੀਟ ਕੀਤਾ ਜੀ, ਬਿਲਕੁਲ, ਪਰ ਉਹ ਫਿਰ ਜੇ ਆਪਾਂ ਉਹ ਮੈਂ ਵੀ ਉਹ ਦਸਤਾਰ ਲਾ ਦਿੰਦਾ, ਲਾ ਕੇ ਫਿਰ ਤਾਂ ਉਹ ਹਾਲਾਤ ਦੇ ਨਾਲ ਮੁੜਨਾ ਹੋ ਗਿਆ ਨਾ, ਹਾਲਾਤ ਨੂੰ, ਪਰ ਆਪਾਂ ਹਾਲਾਤ ਨੂੰ ਮੋੜਨਾ, ਹੈ ਨਾ, ਬੰਦਾ ਤਾਂ ਉਹੀ ਆ, ਜਦੋਂ ਆਪਾਂ ਪਿੱਛੇ ਵੱਡ ਵਡੇਰਿਆਂ ਵੱਲ ਵੇਖਦੇ ਹਾਂ, ਸਾਹਿਬਜ਼ਾਦਿਆਂ ਵੱਲ ਵੇਖਦੇ, ਉਹਨਾਂ ਨੇ ਹਾਲਾਤ ਦੇ ਨਾਲ ਥੋੜ੍ਹੀ ਮੁੜੇ ਸਾਹਿਬਜ਼ਾਦੇ, ਕਿੱਡੀ ਵੱਡੀ ਉਦਾਹਰਣ ਨੇ ਆਪਣੇ, ਛੋਟੀ ਛੋਟੀਆਂ ਉਮਰਾਂ ਹਾਲਾਤ ਦੇ ਨਾਲ ਨਹੀਂ ਮੁੜਨਾ, ਉਹਨਾਂ ਨੇ ਹਾਲਾਤ ਨੂੰ ਮੋੜਿਆ, ਹੈ ਨਾ,
ਤੇ ਅਸੀਂ ਹੈ ਤੇ ਉਹਨਾਂ ਵਰਗੇ ਤੇ ਨਹੀਂ ਪਰ ਹੈ ਤੇ ਉਹ ਸਾਡੇ ਵੀਰ ਹੀ ਆ ਹਨਾ ਖੂਨ ਤੇ ਉਹੀ ਉਸੇ ਪਿਓ ਦੇ ਪੋਤੇ ਆਪਾਂ ਵੀ ਹਨਾ ਤੇ ਉਸ ਚੀਜ਼ ਨੂੰ ਲੈ ਕੇ ਉਦੋਂ ਫਿਰ ਆਪਣਾ ਇਹ ਵੀ ਮਨ ਸੀਗਾ ਕਿ ਹੁਣ ਆਪਾਂ ਇੱਧਰ ਨੂੰ ਜ਼ਿਆਦਾ ਸਿੱਖੀ ਬਾਰੇ ਇਹਨਾਂ ਲੋਕਾਂ ਨੂੰ ਦੱਸਣਾ ਜਿਹੜੇ ਇਹ ਮੈਨੂੰ ਇੱਕ ਅਣਜਾਣ ਜਿਹਾ ਸਮਝ ਕੇ ਮੇਰੇ 'ਤੇ ਹੱਸਦੇ ਆ ਜਾਂ ਮੈਨੂੰ ਬੜਾ ਅਜੀਬ ਜਿਹਾ ਸਮਝਦੇ ਆ ਜਾਂ ਮੈਨੂੰ ਗਲਤ ਨਿਗਾਹਾਂ ਵੇਖਦੇ ਆ ਫਿਰ ਬਸ ਉੱਥੇ ਪ੍ਰੈਜੈਂਟੇਸ਼ਨਾਂ ਸ਼ੁਰੂ ਕੀਤੀਆਂ ਉਹ ਤਜ਼ਰਬੇ ਮੈਂ ਚਾਹੂੰਗਾ ਉਹ ਤਜ਼ਰਬੇ ਸਾਂਝੇ ਕਰੋਂਗੇ ਕਿ ਉਦੋਂ ਕੀ ਮਾਹੌਲ ਸੀਗਾ ਜਦੋਂ ਤੁਸੀਂ ਪਹਿਲੀ ਵਾਰ ਸਪੇਨ ਦੇ ਵਿੱਚ ਕੰਮ ਲੈਣ ਦੇ ਲਈ ਗਏ ਹਾਂਜੀ ਵੇਖੋ ਜਦੋਂ ਵੀ ਕੰਮ ਦੇ ਕਿਤੇ ਵੀ ਜਾਣਾ ਅਤੇ ਮੈਂ ਇੱਕ ਜਿੱਥੇ ਪਰਫਿਊਮ ਬਣਦਾ ਵਾ ਉਹ ਫੈਕਟਰੀ ਵਿੱਚ ਗਿਆ ਅਤੇ ਉਹ ਮੈਨੂੰ ਕਹਿਣ ਕਿ ਤੈਨੂੰ ਆਪਾਂ ਦਸਤਾਰ ਦੇ ਨਾਲ ਦਸਤਾਰ ਨਾਲ ਕੰਮ ਨਹੀਂ ਕਰ ਸਕਦਾ ਅਤੇ ਮੈਂ ਕਹਿੰਦੀ ਕੰਮ ਮੈਂ ਦਸਤਾਰ ਨਾਲ ਨਹੀਂ ਕਰਨਾ ਕੰਮ ਮੈਂ ਹੱਥਾਂ ਨਾਲ ਕਰਨਾ ਵਾ ਅਤੇ ਉਹਦੇ ਕੋਲ ਕੋਈ ਜਵਾਬ ਜਿਹਾ ਨਹੀਂ ਕਿ ਉਹਦੇ ਲਈ ਗੱਲ ਦਸਤਾਰ ਨਹੀਂ ਉਹਦੇ ਲਈ ਗੱਲ ਹੀ ਕਿ ਮੈਂ ਇੱਕ ਅਜੀਬ ਜਿਹਾ ਇਨਸਾਨ ਹਾਂ ਅਤੇ ਇਹ ਦਾੜੀ ਕਿਉਂ ਪੱਗ ਕਿਉਂ ਹੈ ਨਾ ਇਹ ਕਾਹਦੇ ਵਾਸਤੇ ਤੂੰ ਕੰਮ ਉੱਦਾਂ ਹੈ ਨਾ ਅਤੇ ਮੈਂ ਕਿਹਾ ਨਹੀਂ ਇਹ ਮੈਂ ਇਹ ਨਹੀਂ ਲਾ ਸਕਦਾ ਮੈਂ ਆਪਣੀ ਤੂੰ ਮੈਨੂੰ ਕਮੀਜ਼ ਕਵੇ ਤਾਂ ਉਹ ਮੈਂ ਲਾ ਸਕਦਾ ਪਰ ਮੈਂ ਆਪਣੀ ਦਸਤਾਰ ਨਹੀਂ ਲਾ ਸਕਦਾ ਅਤੇ ਉਹ ਬੜਾ ਨਾ ਜਿੱਦਾਂ ਬੰਦਾ ਇਸ ਚੀਜ਼ ਤੋਂ ਭਾਵ ਉਹਦੇ ਲਈ ਬੜੀ ਕਿ ਇਹ ਬੰਦਾ ਕਿੱਦਾਂ ਦਾ ਜਿਹੜਾ ਆਪਣੀ ਦਸਤਾਰ ਨਹੀਂ ਲਾ ਸਕਦਾ ਪਰ ਆਪਣੀ ਕਮੀਜ਼ ਲਾ ਸਕਦਾ ਹੈ ਨਾ ਉਹ ਮੈਨੂੰ ਕਹਿੰਦਾ ਚੱਲ ਇੱਕ ਹਫ਼ਤਾ ਵੇਖਦੇ ਕੰਮ ਕਰ ਤੂੰ ਫਿਰ ਵੇਖਦੇ ਹਫ਼ਤਾ ਕਿੱਦਾਂ ਚੱਲੀ ਗਿਆ 2-4 ਮਹੀਨੇ ਫਿਰ ਉਹਦੇ ਨਾਲ ਨਾਲ ਮੈਂ ਮੀਡੀਏਸ਼ਨ ਪੜ੍ਹਦਾ ਸੀ ਜਿਹੜਾ ਮੈਂ ਹੁਣ ਇਸ ਟਾਈਮ ਨੌਕਰੀ ਕਰਦਾ ਸਿਟੀ ਕੌਂਸਲ ਵਿੱਚ ਅਤੇ ਉਸ ਚੀਜ਼ ਨੂੰ ਲੈ ਕੇ ਜਦੋਂ ਮੈਨੂੰ ਉੱਥੋਂ ਮੇਅਰ ਦੇ ਦਫ਼ਤਰੋਂ ਫੋਨ ਆ ਗਿਆ ਕਿ ਤੁਸੀਂ ਅਗਲੇ ਹਫ਼ਤੇ ਤੂੰ ਤੈਨੂੰ ਆਪਾਂ ਚੁਣ ਲਿਆ ਵਾ ਤੂੰ ਹੁਣ ਸਾਡੇ ਨਾਲ ਕੰਮ ਕਰਿਆ ਕਰਨਾ ਮੈਂ ਉਹਨੂੰ ਜਾ ਕੇ ਦੱਸਿਆ ਕਿ ਮੈਂ ਤੈਨੂੰ ਹੁਣ ਆਪਣੀ ਦਸਤਾਰ ਨਾਲ ਤੰਗ ਨਹੀਂ ਕਰਿਆ ਕਰਨਾ ਕਿ ਮੈਂ ਹੁਣ ਉੱਥੇ ਕੰਮ ਸ਼ੁਰੂ ਕਰ ਦੇਣਾ ਅਗਲੇ ਹਫ਼ਤੇ ਨੂੰ ਉਹ ਬੜਾ ਹੈਰਾਨ ਹੋਇਆ ਅਤੇ ਉਹਨੇ ਅੱਖਾਂ 'ਚ ਉੱਥਰੂ ਆ ਗਏ ਮੈਨੂੰ ਜੱਫੀ ਪਾਈ ਮੈਨੂੰ ਕਹਿੰਦਾ ਗਗਨ ਦੀ ਮੈਨੂੰ ਮਾਫ਼ ਕਰ ਦੀ ਕਹਿੰਦਾ 22 ਸਾਲ ਹੋ ਗਏ ਆ ਮੈਂ ਇੱਥੇ ਕੰਮ ਕਰਦਿਆਂ ਨੂੰ ਅਤੇ ਮੈਂ ਸੱਚੀ ਕਹਾਂ ਮੈਂ ਤੇਰੇ ਵਰਗਾ ਪਿਆਰਾ ਇਨਸਾਨ ਮੈਨੂੰ ਇੰਨਾ ਪਿਆਰ ਦੇਣ ਵਾਲਾ ਕੋਈ ਵੀ ਨਹੀਂ ਮਿਲਿਆ ਹੈ ਨਾ ਕਹਿੰਦਾ ਗੋਰੇ ਜ਼ਰੂਰ ਆਉਂਦੇ ਕਹਿੰਦਾ ਪਰ ਮੈਂ ਬਿਲਕੁਲ ਅਣਜਾਣ ਸੀ ਕਿ ਮੈਂ ਤੈਨੂੰ ਉਦੋਂ ਠੇਸ ਪਹੁੰਚਾਈ ਸੋ ਗੱਲ ਇਹ ਹੁੰਦੀ ਕਿ ਜਦੋਂ ਤੁਹਾਨੂੰ ਲੋਕ ਨਹੀਂ ਜਾਣਦੇ ਉਹ ਬੰਦਾ ਜਦੋਂ ਮੈਨੂੰ ਠੁਕਰਾ ਰਿਹਾ ਸੀਗਾ ਮੈਨੂੰ ਨਕਾਰ ਰਿਹਾ ਸੀ ਵੀ ਤੂੰ ਕੰਮ ਨਹੀਂ ਕਰ ਸਕਦਾ ਤੂੰ ਦਸਤਾਰ ਬੰਨੀ ਆ ਜਿਸ ਦਿਨ ਮੈਂ ਵਾਪਸ ਆਉਣਾ ਸੀ ਉਹ ਬੰਦੇ ਦੀ ਅੱਖਾਂ 'ਚ ਅੱਥਰੂ ਸੀਗੇ ਹੈ ਨਾ ਸੋ ਮੈਂ ਸੋਚਦਾ ਕਿ ਜਦੋਂ ਆਪਾਂ ਇਕੱਲੀ ਦਸਤਾਰ ਸਜਾਉਣੀ ਨਹੀਂ ਹੈ ਕਮਾਉਣੀ ਆ ਦਾੜੀ ਰੱਖਣੀ ਨਹੀਂ ਦਾੜੀ ਕਮਾਉਣੀ ਆ ਤੁਸੀਂ ਕੁਛ ਇੱਦਾਂ ਦਾ ਕਰੋ ਤੁਹਾਡੇ ਗੁਣਾਂ ਦੀ ਉਹ ਹੁਣ ਮੈਨੂੰ ਯਾਦ ਕਰੇ ਨਾ ਯਾਦ ਕਰੇ ਪਰ ਉਹ ਇੱਕ ਸਿੱਖ ਨੂੰ ਹਮੇਸ਼ਾ ਯਾਦ ਕਰੂਗਾ ਸੋ ਫਿਰ ਕੰਮ ਦੇ ਕਿਤੇ ਵੀ ਜਾਣਾ ਕਿ ਇਹ ਮੁਸ਼ਕਲਾਂ ਹਮੇਸ਼ਾ ਹੀ ਆਉਂਦੀਆਂ ਸੀਗੀਆਂ ਫਿਰ ਜਦੋਂ ਮੈਂ ਉੱਥੇ ਮੇਅਰ ਦੇ ਦਫ਼ਤਰ ਜਦੋਂ ਕੰਮ ਸ਼ੁਰੂ ਕੀਤਾ ਉੱਥੇ ਵੀ ਜਿਹੜੇ ਲੜਕੀਆਂ ਸੀਗੀਆਂ ਉਹ ਸਾਰੀਆਂ ਆਪਸ ਵਿੱਚ ਉਹਨਾਂ ਕੂਣੀਆਂ ਮਾਰਨੀਆਂ ਵੀ ਇਹ ਕੌਣ ਆ ਪੱਗ ਵਾਲਾ ਦਸਤਾਰ ਵਾਲਾ ਹੈ ਨਾ ਅਤੇ ਫਿਰ ਉਹਨੂੰ ਮੈਂ ਦੱਸਣਾ ਉਹਨਾਂ ਤੂੰ ਪਾਕਿਸਤਾਨ ਤੋਂ ਆ ਤੂੰ ਮੁਸਲਮਾਨ ਆ ਉਹ ਪਹਿਲੀ ਗੱਲ ਹੀ ਇੱਕੋ ਨਿਕਲਦੀ ਵੀ ਤੁਸੀਂ ਮੁਸਲਮਾਨ ਆ ਅਤੇ ਉਹਨਾਂ ਦੇ ਇੱਕ ਨਾ ਹਮੇਸ਼ਾ ਇੱਕ ਫਾਸਲਾ ਜਿਹਾ ਬਣਾ ਕੇ ਰੱਖਣਾ ਚਾਹੁੰਦੇ ਆ ਜੇ ਤੁਸੀਂ ਮੁਸਲਮਾਨ ਮੈਂ ਦੱਸਦਾ ਮੈਂ ਪੰਜਾਬ ਤੋਂ ਉਹਨਾਂ ਕਹਿੰਦਾ ਪੰਜਾਬ ਕਿੱਥੇ ਮੈਂ ਕਹਿੰਦਾ ਇੰਡੀਆ ਅਤੇ ਪਾਕਿਸਤਾਨ ਦੇ ਵਿਚਕਾਰ ਆ ਅਤੇ ਮੈਂ ਇੱਕ ਸਿੱਖ ਹਾਂ ਉਹਨਾਂ ਨੂੰ ਸਿੱਖ ਨਹੀਂ ਫਿਰ ਸਿੱਖ ਦਾ ਮਤਲਬ ਦੱਸਣਾ ਆਪਣੇ ਇਤਿਹਾਸ ਬਾਰੇ ਦੱਸਣਾ ਕਿ ਅਸੀਂ ਕੌਣ ਹੁੰਦੇ ਹਾਂ ਅਸੀਂ ਦੱਸ ਕੇਸ ਕਿਉਂ ਰੱਖਦੇ ਕੇਸ ਕਿਉਂ ਨਹੀਂ ਕੱਟਦਾ ਮੈਂ ਕਹਿੰਦਾ ਇੱਕ ਸਵਾਲ ਹੀ ਨਹੀਂ ਬਣਦਾ ਕੇਸ ਕਿਉਂ ਨਹੀਂ ਕੱਟਦਾ ਹੁਣ ਤੇਰੀ ਉਂਗਲ ਨਹੀਂ ਹੋਊਗੀ ਮੈਂ ਤੈਨੂੰ ਇਹ ਪੁੱਛੂ ਵੀ ਤੂੰ ਉਂਗਲ ਕਿਉਂ ਨਹੀਂ ਕੱਟੀ ਜੇ ਤੇਰੀ ਉਂਗਲ ਨਹੀਂ ਹੋਊਗੀ ਪੁੱਛੂ ਤੇਰੀ ਉਂਗਲ ਕਿਉਂ ਨਹੀਂ ਹੈਗੀ ਹੈ ਨਾ ਇਹ ਥੋੜ੍ਹੀ ਪੁੱਛੂਗਾ ਵੀ ਤੇਰੀ ਉਂਗਲ ਕਿਉਂ ਹੈਗੀ ਆ ਮੈਂ ਕਿਹਾ ਸਵਾਲ ਤਾਂ ਇਹ ਬਣਦਾ ਵੀ ਤੁਸੀਂ ਕੱਟੇ ਤੁਹਾਨੂੰ ਮੈਂ ਪੁੱਛਾਂ ਵੀ ਤੁਸੀਂ ਕਿਉਂ ਕੱਟੇ ਆ ਮੇਰੇ ਤਾਂ ਹੈਗੇ ਆ ਮੈਂ ਰੱਖੇ ਥੋੜ੍ਹੀ ਆ ਮੈਨੂੰ ਤਾਂ ਕੁਦਰਤ ਨੇ ਸਾਜਿਆ ਇੱਦਾਂ ਚਲੋ ਇੱਦਾਂ ਹੀ ਕਰਦੇ ਕਰਦੇ ਉਹਨਾਂ ਨਾਲ ਕਾਫੀ ਪ੍ਰੇਮ ਪਿਆਰ ਜਿਹਾ ਬਣ ਗਿਆ ਫਿਰ ਮੈਨੂੰ ਯਾਦ ਕਿ ਪਹਿਲੇ ਦਿਨ ਉਹ ਮੇਰੇ 'ਤੇ ਹੱਸਦੇ ਹੀ ਉਹ ਬਾਅਦ 'ਚ ਉਹਨਾਂ ਨੇ ਆਪਸ ਵਿੱਚ ਕਰਿਆ ਕਰਨਾ ਕਿ ਤੂੰ ਅੱਜ ਨਾ ਕੇਸਰੀ ਦਸਤਾਰ ਸਜਾ ਕੇ ਉਹ ਜ਼ਿਆਦਾ ਸੋਹਣੀ ਲੱਗਦੀ ਤੁਸੀਂ ਕਹਿੰਦੇ ਨਹੀਂ ਤੂੰ ਗੁਲਾਬੀ ਬਣ ਨੂੰ ਵਧੀਆ ਲੱਗਦੀ ਹੈ ਨਾ ਪਰ ਕਨਵਿੰਸ ਕਿਵੇਂ ਕਰ ਪਾਏ ਤੁਸੀਂ ਮੈਨੂੰ ਤਾਂ ਪਤਾ ਲੱਗਿਆ ਕਿ ਉਸ ਵਕਤ ਜ਼ੁਰਮਾਨਾ ਹੁੰਦਾ ਸੀਗਾ ਸ੍ਰੀ ਸਾਹਿਬ ਹਾਂਜੀ ਵੇਖੋ ਵੀ ਜੀ ਜਦੋਂ ਉਹ ਗੱਲ ਸੀਗੀ ਪੁਲਿਸ ਦੀ ਜਦੋਂ ਨਾ ਉਸ ਸਮੇਂ ਹਫ਼ਤੇ ਦੇ ਵਿੱਚ ਆਪਣੇ 15-20 ਸਿੰਘਾਂ ਦੇ ਪੁਲਿਸ ਵਾਲਿਆਂ ਸ਼੍ਰੀ ਸਾਹਿਬ ਵੇਖਣੀ ਅਤੇ ਸ਼੍ਰੀ ਸਾਹਿਬ ਉਹਨਾਂ ਲਾ ਕੇ ਲੈ ਜਾਣੀ ਜਦੋਂ ਉਹਨਾਂ ਨੇ ਸ਼੍ਰੀ ਸਾਹਿਬ ਲਾ ਕੇ ਲੈਣੀ ਉਹਨਾਂ ਲਈ ਤੁਸੀਂ ਇੱਕ ਅਜੀਬ ਜਾਂ ਅਤੇ ਇੱਕ ਹਥਿਆਰ ਰੱਖਿਆ ਉਹਦਾ ਉਹਨਾਂ ਜੁਰਮਾਨਾ ਕਰਨਾ ਉਦੋਂ ਕਾਫੀ ਉਦੋਂ ਮੈਨੂੰ ਜ਼ਿਆਦਾ ਲੱਗਾ ਮੈਂ ਕਿਹਾ ਯਾਰ ਆਪਾਂ ਕਰਨ ਕੀ ਦੇ ਹਾਂ ਸਾਰੇ ਪੈਸੇ ਕਮਾਉਣ ਓਵਰ ਟਾਈਮ ਲਾ ਲਿਆ ਪਰ ਆਪਾਂ ਆਏ ਕਿਹੜੇ ਜੇ ਸਾਡੇ ਜਿਹੜਾ ਸਰੂਪ ਆ ਜੇ ਇਹਦਾ ਸਤਿਕਾਰ ਨਹੀਂ ਰੱਖ ਸਕੇ ਆਪਾਂ ਬਰਕਰਾਰ ਅਤੇ ਇੱਥੇ ਆਉਣੇ ਇਕੱਲੇ ਪੈਸੇ ਕਮਾ ਕੇ ਵੀ ਕੀ ਕਰਾਂਗੇ ਹੈ ਨਾ ਅਤੇ ਉਹ ਚੀਜ਼ ਨੂੰ ਫਿਰ ਮੈਂ ਪਹਿਲੀ ਵਾਰੀ ਜਦੋਂ ਪੁਲਿਸ ਦੇ ਗਿਆ ਉਹਨਾਂ ਨੂੰ ਮੈਂ ਉਦੋਂ ਬੇਨਤੀ ਕੀਤੀ ਕਿ ਮੈਂ ਆਪਣੇ ਸਿੱਖ ਧਰਮ ਬਾਰੇ ਦੱਸਣਾ ਚਾਹੁੰਦਾ ਜੀ ਤੁਸੀਂ ਸ਼੍ਰੀ ਸਾਹਿਬ ਲਾ ਲੈਂਦੇ ਹਾਂ ਇੰਨੇ ਜੁਰਮਾਨੇ ਹੋ ਰਹੇ ਆ 900 ਯੂਰੋ ਜੁਰਮਾਨਾ ਕਰਦੇ ਸੀ ਮਤਲਬ 60-70 ਹਜ਼ਾਰ ਰੁਪਇਆ ਬਣਦਾ ਅਤੇ ਉਦੋਂ ਕਾਫੀ ਸਿੰਘਾਂ ਦੇ ਇੱਦਾਂ ਸ਼੍ਰੀ ਸਾਹਿਬਾਂ ਲੱਤੀਆਂ ਅਤੇ ਉਹ ਮੇਰੇ 'ਤੇ ਥੋੜ੍ਹਾ ਹੱਸਣ ਜਿਹਾ ਵੀ ਇੱਥੇ ਅਸੀਂ ਧਰਮਾਂ ਦਾ ਪ੍ਰਚਾਰ ਨਹੀਂ ਕਰਦੇ ਨਾ ਕਿਉਂਕਿ ਧਰਮ ਦਾ ਪ੍ਰਚਾਰ ਨਹੀਂ ਪਰ ਇੱਕ ਸਿੱਖ ਦੀਆਂ ਭਾਵਨਾਵਾਂ ਜੁੜੀਆਂ ਸ਼੍ਰੀ ਸਾਹਿਬ ਦੇ ਨਾਲ ਜਦੋਂ ਉਹਦੀ ਸ਼੍ਰੀ ਸਾਹਿਬ ਲੱਤਦੀ ਹੈ ਉਹਦੇ ਲਈ ਜੂਝਣ ਲਈ ਕੁਛ ਵੀ ਕਰ ਸਕਦਾ ਉਹ ਹੈ ਨਾ ਅਤੇ ਇਹ ਸਾਡਾ ਇਤਿਹਾਸ ਆ ਕਿੰਨੀ ਆਪਣੀ ਸਿੱਖ ਕੌਮ ਸ਼ਹੀਦੀਆਂ ਨਾਲ ਸ਼ਹਾਦਤਾਂ ਨਾਲ ਕਿੰਨੇ ਸਿਰ ਲੱਥੇ ਸਿਰਫ ਇਹ ਆਪਣੇ ਸਿੱਖ ਸਰੂਪ ਨੂੰ ਬਰਕਰਾਰ ਰੱਖਣ ਲਈ ਅਤੇ ਜਦੋਂ ਆਪਣਾ ਉਹਨਾਂ ਨੇ ਪਹਿਲੀ ਵਾਰੀ ਇਸ ਚੀਜ਼ ਨੂੰ ਫਿਰ ਜਿਹੜੀ ਉਹਨਾਂ ਦੀ SSP ਸੀਗੀ ਉਹਨਾਂ ਨੇ ਉਸ ਸਮੇਂ ਮੇਰੇ ਨਾਲ
ਸ਼੍ਰੀ ਸਾਹਿਬ ਦੀ ਗੱਲ ਆਉਂਦੀ ਸੀ ਜਰਮਾਨੇ ਦੀ, ਹੁਣ ਉਹਨੂੰ ਇੱਕ ਇਕੱਲੀ ਗੱਲਾਂ ਜਰਮਾਨੇ ਦੀ ਨਹੀਂ, ਗੱਲ ਉਹ ਸ਼੍ਰੀ ਸਾਹਿਬ ਲਾ ਕੇ ਉਹਦੀ ਬੇਦ ਵੀ ਹੁੰਦੀ ਸੀ, ਬਾਅਦ ਵਿੱਚ ਉਹ ਲਾ ਕੇ ਉਹਨੂੰ ਖਤਮ ਭਸਮ ਕਰ ਦਿੰਦੇ ਸੀ। ਅੱਛਾ, ਹਾਂਜੀ, ਉਹ ਫਿਰ ਹੱਥ ਸਿਗਟਾਂ ਵਾਲੇ ਆ, ਬੀਡੀ ਵਾਲੇ ਕੀ ਕੁਛ ਆਪਾਂ ਨੂੰ ਥੋੜ੍ਹੀ ਪੁੱਛ ਪਤਾ। ਚਲੋ, ਉਹਨਾਂ ਨੇ 10-15 ਮਿੰਟ ਦਿੱਤੇ ਬੋਲਣ ਵਾਸਤੇ। ਉਹਦੇ ਵਿੱਚ ਨਾ ਸਲਾਨਾ ਉਹਨਾਂ ਦਾ ਸਮਾਗਮ ਹੁੰਦਾ, ਜਿੱਦਾਂ ਜਿਹਦੇ ਵਿੱਚ ਜੱਜ, ਹੋਰ ਮੇਅਰ, ਪੁਲਿਸ ਵਾਲੇ, ਮਿਲਟਰੀ ਵਾਲੇ ਕਾਫੀ ਸਾਰੇ ਸੱਦੇ ਆ। ਉਹਦੇ ਵਿੱਚ ਮੈਨੂੰ ਉਹਨਾਂ 15 ਕੁ ਮਿੰਟ ਦਾ ਸਮਾਂ ਦਿੱਤਾ, ਅਤੇ ਮੇਰੇ ਲਈ 15 ਮਿੰਟ ਬਹੁਤ ਸੀਗੇ। ਉਦੋਂ ਸ਼ੁਰੂ ਉਸ ਤੋਂ ਕੀਤਾ ਵੀ ਸਿੱਖ ਕੀ ਆ, ਅਸੀਂ ਦਸਤਾਰ ਕਿਉਂ ਸਜਾਉਂਦੇ ਹਾਂ, ਅਸੀਂ ਕੇਸ ਕਿਉਂ ਰੱਖਦੇ, 5 ਕਕਾਰਾਂ ਬਾਰੇ, ਜ਼ਿਆਦਾ ਸ਼੍ਰੀ ਸਾਹਿਬ ਬਾਰੇ, ਹੈ ਨਾ। ਅਤੇ ਉਹ ਫਿਰ ਵਿੱਚੋਂ ਸਵਾਲ ਪੁੱਛੀ ਜਾਣ, ਕਰਦੇ ਕਰਦੇ ਅੱਧਾ ਘੰਟਾ, 1.5 ਘੰਟਾ, 2 ਘੰਟੇ ਇੱਦਾਂ ਚੱਲਦੀ ਰਹੀ ਪ੍ਰੈਜੈਂਟੇਸ਼ਨ ਨਾ। ਅਤੇ ਮੈਨੂੰ ਤਾਂ ਇਹ ਕਿ 15 ਮਿੰਟ ਹੀ ਦੇਣੇ, ਪਰ ਉਹ ਕਾਫੀ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਜਿੱਦਾਂ ਉਹਨਾਂ ਲਈ ਰੁਚੀ ਜਿਹਾ ਬਣ ਗਿਆ ਕਿ ਉਹਨਾਂ ਲਈ ਵੀ ਨਵਾਂ ਸੀਗਾ, ਅਤੇ ਉਹ ਕਾਫੀ ਸਵਾਲ ਪੁੱਛਣ, ਔਰਤਾਂ ਬਾਰੇ, ਗੁਰਦੁਆਰਾ ਸਾਹਿਬ ਬਾਰੇ। ਮੈਂ ਕਿਹਾ ਵੀ ਇਹ ਇਕੱਲੀ ਥਿਊਰੀ ਨਹੀਂ, ਪ੍ਰੈਕਟੀਕਲੀ ਆ, ਤੁਸੀਂ ਆ ਕੇ ਵੇਖੋ ਕਿ ਉੱਥੇ ਸਾਰਿਆਂ ਧਰਮਾਂ ਲਈ, ਕਿਸੇ ਬਿਨਾਂ ਜਾਤ ਪਾਤ ਤੋਂ, ਸਿੱਖ ਧਰਮ ਪੈਦਾ ਹੀ ਇਸ ਚੀਜ਼ ਲਈ ਹੋਇਆ। ਵੱਖਰੀ ਗੱਲ, ਅਸੀਂ ਉਹਨਾਂ ਚੀਜ਼ਾਂ 'ਚ ਅੱਜ ਵੀ ਖੁੱਭੇ ਪਏ ਹਾਂ, ਪਰ ਜਿਹੜਾ ਗੁਰੂ ਘਰ ਆ, ਗੁਰਦੁਆਰਾ ਵਾ, ਇਹ ਸਾਰਿਆਂ ਲਈ ਸਾਂਝਾ। ਸੋ ਗੋਰਿਆਂ ਲਈ ਇਹ ਚੀਜ਼ ਕਾਫੀ ਵੱਡੀ ਸੀਗੀ। ਉਹ ਮੈਨੂੰ ਜਦੋਂ 2-2.25 ਘੰਟੇ ਚੱਲਦਾ ਰਿਹਾ ਨਾ, ਬਾਅਦ 'ਚ ਪਹਿਲਾਂ ਮੈਂ ਉਹਨਾਂ ਤਰਲੇ ਕੱਢਦਾ ਸੀ ਕਿ ਮੈਨੂੰ ਟਾਈਮ ਦਿਓ, ਤੁਹਾਨੂੰ ਆਪਣੇ ਬਾਰੇ ਦੱਸਣਾ, ਬਾਅਦ 'ਚ ਉਹ ਮੇਰੇ ਮਗਰ ਪਈ ਤੁਸੀਂ ਕਿਹੜੇ ਵੇਲੇ ਪ੍ਰੈਜੈਂਟੇਸ਼ਨ ਕਰਨ ਲਈ ਆਉਣਾ ਵੱਖੋ ਵੱਖਾਣੇ 'ਚ। ਫਿਰ ਉਹਨਾਂ ਨੇ DGP ਨਾਲ ਮਿਲਾਇਆ, ਉਸ ਤੋਂ ਬਾਅਦ ਫਿਰ ਉਹਨਾਂ ਨੇ ਇੱਕ ਜਿੱਦਾਂ ਰਾਸ਼ਟਰੀ ਪੱਧਰ ਦੀ ਇੱਕ ਉਹਨਾਂ ਨੇ ਪ੍ਰੋਗਰਾਮ ਕੀਤਾ, ਜਿਹਦੇ ਵਿੱਚ ਸਿਰਫ ਸਿੱਖ ਧਰਮ ਬਾਰੇ ਦੱਸਣਾ ਸੀਗਾ। ਫਿਰ ਉਹਨੂੰ ਲੈ ਕੇ ਕਾਫੀ ਜਿੱਦਾਂ ਜਿਹੜੀ ਆਪਣੇ ਜੁਰਮਾਨੇ ਹੁੰਦੇ ਸੀ ਉਸ ਸਮੇਂ, ਜਿਹੜੀ ਸ਼੍ਰੀ ਸਾਹਿਬ ਲਾਦੀ, ਹਰ ਇੱਕ ਪੁਲਿਸ ਵਾਲੇ ਨੂੰ ਪਤਾ ਲੱਗ ਗਿਆ ਵੀ ਇੱਕ ਸਿੱਖ ਆ ਅਤੇ ਸ਼੍ਰੀ ਸਾਹਿਬ। ਇੱਥੋਂ ਤੱਕ ਹੋ ਗਿਆ ਕਿ ਜਦੋਂ ਕਈ ਵਾਰੀ ਲੰਘਣਾ ਤਾਂ ਪੁਲਿਸ ਵਾਲੇ ਰੋਕ ਕੇ ਕਹਿਣਾ ਵੀ ਤੂੰ ਸਿੰਘ ਆ, ਉਹ ਬੜੀ ਖੁਸ਼ੀ ਜਿਹੀ ਮਹਿਸੂਸ ਹੋਣੀ। ਵਜ੍ਹਾ ਮੇਰੇ ਖਿਆਲ ਇਹ ਇਸ ਬਾਬ ਇਸ ਕਰਕੇ ਬਣਿਆ ਕਿ ਤੁਸੀਂ ਉੱਥੋਂ ਦੀ ਭਾਸ਼ਾ ਸਿੱਖੀ। ਵੀ ਜੀ ਵੇਖੋ, ਭਾਸ਼ਾ ਕਿਤੇ ਵੀ ਆਪਾਂ ਰਹਿੰਦੇ ਹਾਂ ਸਭ ਤੋਂ ਜ਼ਰੂਰੀ ਆ। ਹੁਣ ਮੈਨੂੰ ਕੋਈ ਪੁੱਛ ਰਿਹਾ ਤੂੰ ਦਸਤਾਰ ਕਿਉਂ ਸਜਾਈਏ, ਸ਼੍ਰੀ ਸਾਹਿਬ ਹੀ ਆ, ਉਹ ਮੈਨੂੰ ਕਹਿ ਰਿਹਾ ਵੀ ਤੂੰ ਹਥਿਆਰ ਰੱਖਿਆ। ਹੁਣ ਜੇ ਮੈਨੂੰ ਅੱਗੋਂ ਦੱਸਣਾ ਹੀ ਨਹੀਂ ਆਊਗਾ ਉਸ ਭਾਸ਼ਾ ਵਿੱਚ, ਭਾਸ਼ਾ ਸਭ ਤੋਂ ਜ਼ਰੂਰੀ ਆ, ਹੈ ਨਾ। ਤੁਸੀਂ ਕਿਸੇ ਵੀ ਮੁਲਕ ਵਿੱਚ ਰਹਿਣਾ ਵਾ, ਜਿੱਦਾਂ ਅੰਗਰੇਜ਼ੀ ਇੰਗਲਿਸ਼ ਸਾਰਿਆਂ ਨੂੰ ਆਉਂਦੀ ਆ, ਉਹ ਨਾਲ ਚੱਲ ਜਾਂਦਾ, ਪਰ ਜਿਹੜੇ ਯੂਰੋਪੀਅਨ ਦੇਸ਼ ਜਿੰਨੇ ਵੀ ਆ, ਹਰ ਦੇਸ਼ ਦੀ ਵੱਖੋ ਵੱਖ, ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਸਪੈਨਿਸ਼ ਵੀ ਚੱਲਦੀ, ਉੱਥੇ ਕਤਲਾਨ ਚੱਲਦੀ ਆ। ਸਪੈਨਿਸ਼ ਬੋਲੋ ਤੁਹਾਨੂੰ ਬੜਾ ਜ਼ਿਆਦਾ ਪਰਵਾਹ ਨਹੀਂ ਕਰਦੇ, ਉਹ ਪਹਿਲਾਂ ਸਪੈਨਿਸ਼ ਸਿੱਖੀ ਫਿਰ ਕਤਲਾਨ ਸਿੱਖੀ। ਜੇ ਤੁਸੀਂ ਉਹਨਾਂ ਦੀ ਭਾਸ਼ਾ 'ਚ ਗੱਲ ਕਰਦੇ ਹੋ, ਤੁਹਾਨੂੰ ਇੱਕ ਵਧੀਆ ਸਤਿਕਾਰ ਨਾਲ ਵੇਖਦੇ। ਕਿੰਨੀਆਂ ਭਾਸ਼ਾਵਾਂ ਦੇ ਬਾਰੇ ਤੁਸੀਂ ਜਾਣਕਾਰੀ ਹਾਸਲ ਕੀਤੀ? ਗੁਰੂ ਸਾਹਿਬ ਦੀ ਕਿਰਪਾ ਨਾਲ 6-7 ਆਉਂਦੀਆਂ ਹੀ ਆ। ਕਿਹੜੀਆਂ ਕਿਹੜੀਆਂ? ਪੰਜਾਬੀ, ਹਿੰਦੀ, ਅੰਗਰੇਜ਼ੀ ਹੋ ਗਈ, ਹਾਂਜੀ, ਸਪੈਨਿਸ਼ ਹੋ ਗਈ, ਕਤਲਾਨ ਹੋ ਗਈ, ਫ੍ਰੈਂਚ ਹੋ ਗਈ, ਤੇ ਥੋੜਾ ਬਹੁਤਾ ਡੱਚ ਨੂੰ ਵੀ ਹੱਥ ਪਾ ਲਈਦਾ। ਅੱਛਾ, ਡੱਚ ਨੂੰ ਵੀ ਹੱਥ ਪਾ ਲਿਆ। ਅੱਛਾ, ਫਿਰ ਇਹ ਸਿਲਸਿਲਾ ਅੱਗੇ ਕਿਵੇਂ ਵਧਿਆ? ਬਾਕੀ ਕਮਿਊਨਿਟੀ ਤੱਕ ਮੈਸੇਜ ਕਿਵੇਂ ਗਿਆ? ਜਿਵੇਂ ਤੁਸੀਂ ਕਿਹਾ ਕਿ ਚਲੋ ਤੁਹਾਨੂੰ 1-2 ਥਾਣਿਆਂ 'ਚ ਮੌਕਾ ਮਿਲਿਆ, ਮੇਅਰ ਦੇ ਨਾਲ ਮੁਲਾਕਾਤ ਹੋਈ, ਹਾਂਜੀ, ਪਰ ਇਹ ਅਵਾਰਡ ਤੱਕ ਸਿਲਸਿਲਾ ਕਿਵੇਂ ਪਹੁੰਚਿਆ? ਹਾਂਜੀ, ਉਹ ਇਦਾਂ ਚੱਲ, ਮੈਂ ਵੀ ਜੀ ਚੱਲਦਾ ਹੀ ਰਿਹਾ, ਲਗਾਤਾਰ ਚੱਲਦੇ ਹੀ ਰਹੇ, ਹੈ ਨਾ, ਪ੍ਰੈਜੈਂਟੇਸ਼ਨਾਂ ਕਰਦੇ ਰਹਿਣਾ ਸਕੂਲਾਂ ਵਿੱਚ, ਕਿ ਕੋਈ ਨਾ ਕੋਈ ਮਸਲਾ ਚੱਲਿਆ ਰਹਿੰਦਾ ਕਿ ਸਕੂਲ ਵਿੱਚ ਬੱਚੇ ਦੀ ਦਸਤਾਰ ਤੋਂ ਉਹਨਾਂ ਮਨਾ ਕਰਤਾ ਵੀ ਦਸਤਾਰ ਬੰਨ ਕੇ ਨਹੀਂ ਆਉਣਾ, ਕਿਸੇ ਬੱਚੇ ਨੇ ਸ਼੍ਰੀ ਸਾਹਿਬ ਪਾਈ ਉਹਨੂੰ ਸ਼੍ਰੀ ਸਾਹਿਬ ਪਾ ਕੇ ਨਹੀਂ ਆਉਣਾ, ਯੂਨੀਵਰਸਿਟੀ ਵਿੱਚ ਕੋਈ ਆਪਣੀ ਭੈਣ ਵੀਰ ਗਏ ਆ ਸ਼੍ਰੀ ਸਾਹਿਬ ਪਾਈ ਉਹਨਾਂ ਨਹੀਂ ਜਾਣਾ, ਫਿਰ ਜਿੱਥੇ ਵੀ ਮੁਸ਼ਕਲ ਦੇਖਦੀ ਸੀ ਉਸ ਵਿਭਾਗ ਨਾਲ ਸੰਪਰਕ ਕਰਕੇ ਆਪਾਂ ਉੱਥੇ ਪ੍ਰੈਜੈਂਟੇਸ਼ਨ ਕਰਨੀ ਸ਼ੁਰੂ ਕੀਤੀ। ਉਹ ਪ੍ਰੈਜੈਂਟੇਸ਼ਨ ਨਾ ਇੰਨਾ ਕੁ ਉੱਥੇ, ਫਿਰ ਉੱਥੋਂ ਜਿਹੜਾ ਮੀਡੀਆ ਸੀਗਾ ਉੱਥੋਂ, ਚੈਨਲਾਂ ਵਾਲੇ, ਅਖਬਾਰਾਂ ਵਾਲੇ, ਉਹ ਤਕਰੀਬਨ ਹਰ ਹਫ਼ਤੇ 2-3 ਇੰਟਰਵਿਊ ਉਹਨਾਂ ਕਰਨੀਆਂ, ਉਹਦੇ ਨਾਲ ਕਾਫੀ ਜਿੱਦਾਂ ਸਾਰਿਆਂ ਤੱਕ ਇੱਕ ਸੁਨੇਹਾ ਜਿਹਾ ਪਹੁੰਚ ਗਿਆ ਵੀ ਇਹ ਦਸਤਾਰਾਂ ਵਾਲੇ ਸਿੱਖ ਆ। ਉਹ ਜਿਹੜੇ ਜਿਹਨੂੰ ਨਹੀਂ ਵੀ ਲੋੜ, ਉਹ ਵੀ ਫਿਰ ਸੰਪਰਕ ਕਰਦਾ ਸੀ ਵੀ ਅੱਗੇ ਵੀ ਇੱਥੇ ਵੀ ਆ ਕੇ ਪ੍ਰੈਜੈਂਟੇਸ਼ਨ ਕਰ, ਹੈ ਨਾ। ਉਹ ਕਾਫੀ ਉਹਦੇ ਨਾਲ, ਮੈਂ ਯੂਨੀਵਰਸਿਟੀਆਂ 'ਚ, ਹੁਣ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਕ ਕਲਾਸ ਹੁੰਦੀ ਹਰ ਹਫ਼ਤੇ, ਅਤੇ ਮੈਂ ਕਹਿ ਰਹੀ ਉਹ ਯੂਨੀਵਰਸਿਟੀਆਂ ਜਿੱਥੇ ਪੜ੍ਹਿਆ ਤੱਕ ਨਹੀਂ ਮੈਂ, ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਮਹਾਰਾਜ ਨੇ ਮੈਨੂੰ ਉੱਥੇ ਪੜ੍ਹਾਉਣੇ ਲਾ ਦਿੱਤਾ, ਹੈ ਨਾ। ਸੋ ਇਹ ਚੀਜ਼ ਕਾਫੀ ਜ਼ਿਆਦਾ ਆਪਣੀ ਕੌਮ ਲਈ ਪਹਿਚਾਣ ਵਾਸਤੇ ਕਾਫੀ ਉੱਥੇ ਲਈ, ਮੈਂ ਕਰਨਾ ਆਪਣੀ ਲੋੜ ਲਈ, ਆਪਣੀ ਪਹਿਚਾਣ ਲਈ, ਕਿ ਇੱਕ ਸਿੱਖ ਦੀ ਪਹਿਚਾਣ ਨੂੰ ਜਿਹੜਾ ਇੱਥੇ ਆਪਾਂ ਨੂੰ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ, ਜਾਂ ਇੱਕ ਦਸਤਾਰ ਵਾਲੇ ਨੂੰ, ਹੁਣ ਸਾਡਾ ਕਾਰਡ ਸੀਗਾ ਜਿਹੜਾ ਤੁਹਾਡੇ ਸ਼ਨਾਖਤ ਪੱਤਰ ਹੁੰਦਾ ਵਾ, ਜਾਂ ਤੁਹਾਡਾ ਲਾਇਸੈਂਸ ਹੁੰਦਾ ਵਾ ਗੱਡੀ ਚਲਾਉਣ ਵਾਲਾ, ਉਹਦੇ 'ਤੇ ਕਿ ਤੁਹਾਨੂੰ ਦਸਤਾਰ ਲਾ ਕੇ ਆਓ, ਤੁਹਾਡੇ ਮੱਥਾ ਦਿਖਣਾ ਚਾਹੀਦਾ ਵਾ, ਕੰਨ ਦਿਖਣੇ ਚਾਹੀਦੇ ਆ। ਹੁਣ ਇੱਕ ਸਿੱਖ ਲਈ ਬੜਾ ਅਜੀਬ ਜਿਹਾ, ਜੇ ਉਹਦਾ ਉਹਨੂੰ ਕੰਨ 'ਚ ਚੁੱਕ ਕੇ ਉਹਦੇ ਕੰਨ ਦਿਖਣ, ਉਹ ਆਪਣੇ ਲਈ ਤਾਂ ਬੜੀ ਹਾਸੋਹੀਣੀ ਜੀ ਗੱਲ ਆ। ਉਹ ਚੀਜ਼ ਫਰਾਂਸ ਸੀਗੀ, ਫਰਾਂਸ ਵਿੱਚ ਅੱਜ ਵੀ ਆਪਣੇ ਸਿੱਖ ਦਸਤਾਰ ਸਜਾ ਕੇ ਨਹੀਂ ਜਾ ਸਕਦੇ, ਅਤੇ ਕਿਤੇ ਨਾ ਕਿਤੇ ਉਹ ਵੀ ਮੇਰੇ ਲਈ ਨਾ ਸਾਹਮਣੇ ਇੱਕ ਚੁਣੌਤੀ ਸੀਗੀ ਕਿ ਫਰਾਂਸ ਦੇ ਨਾਲ ਹੀ ਸਪੇਨ ਲੱਗਦਾ ਵਾ, ਇੱਥੇ ਵੀ ਉਹ ਕੰਮ ਹੀ ਨਾ ਹੋ ਜਾਵੇ। ਬਸ ਫਿਰ ਉਹ ਹਮੇਸ਼ਾ ਅਰਦਾਸ ਕਰਨੀ, ਮੈਂ ਆਪਣੇ ਮੰਮਾ ਨੂੰ ਵੀ ਬੇਨਤੀ ਕਰਨੀ ਵੀ ਇਹਨਾਂ ਦਾ ਮੈਨੂੰ ਬਹੁਤ ਸਾਥ ਰਿਹਾ ਪਿੱਛੋਂ, ਹੈ ਨਾ, ਕਿਉਂਕਿ ਪਰਿਵਾਰਕ ਤੁਹਾਨੂੰ ਸਾਥ ਬਹੁਤ ਜ਼ਰੂਰੀ ਹੁੰਦਾ ਜਰੂਰੀ। ਚੇਟਕ ਜਿਹੜੀ ਸਿੱਖੀ ਵਾਲੀ ਹੈ, ਸੁਭਾਵਿਕ ਤੌਰ 'ਤੇ ਬੈਕਗ੍ਰਾਊਂਡ ਪਰਿਵਾਰ ਦੀ ਹੋਊ, ਪਰਿਵਾਰ ਦਾ ਜੀ ਬਿਲਕੁਲ ਸਭ ਤੋਂ ਵੱਧ ਰੋਲ ਰਿਹਾ। ਹਾਂਜੀ, ਮੈਂ ਵੇਖੋ ਹਮੇਸ਼ਾ ਮਾਤਾ ਪਿਤਾ ਵੱਲੋਂ ਤੁਹਾਨੂੰ ਸਹਿਯੋਗ ਮਿਲੇ ਤਾਂ ਹੀ ਹੁੰਦਾ ਵਾ,
ਕਹਿੰਦੇ ਚੈਰਿਟੀ ਜਾਂ ਸਮਾਜ ਸੇਵਾ ਵੀ ਤਾਂ ਹੀ ਹੁੰਦੀ ਹੈ ਜੇ ਘਰ ਦਾ ਚੁੱਲ੍ਹਾ ਬਲਦਾ ਹੋਵੇ। ਹਾਂਜੀ, ਫਾਈਨੈਂਸ਼ੀਅਲ ਸਰਵਾਈਵ ਕਿਵੇਂ ਕੀਤਾ ਫਿਰ, ਖਾਸ ਤੌਰ ਤੇ ਉਸ ਮੁਲਕ ਤੇ ਜਾ ਕੇ ਇੰਨਾ ਸਮਾਂ ਵੀ ਕੱਢਣਾ, ਕੰਮ ਕੀ ਫਿਰ ਤੁਸੀਂ ਕਰਦੇ ਰਹੇ? ਮੈਂ ਨਾਲ ਉਹ ਜਦੋਂ ਦੱਸਦਾ ਸੀਗਾ ਕਿ ਜਦੋਂ ਬਤੌਰ ਮੀਡੀਏਟਰ ਜਾਂ ਦੁਭਾਸ਼ੀਆ ਦੇ ਤੌਰ ਤੇ ਮੈਨੂੰ ਭਾਸ਼ਾ ਆਉਣ ਕਰਕੇ ਫਿਰ ਮੈਨੂੰ ਉੱਥੋਂ ਦੇ ਹਸਪਤਾਲ ਵਿੱਚ ਮੇਅਰ ਦੇ ਦਫ਼ਤਰ ਵਿੱਚ ਮੈਨੂੰ ਉੱਥੇ ਕਾਫੀ ਆਪਣੇ ਪਾਕਿਸਤਾਨੀ ਅਤੇ ਆਪਣਾ ਪੰਜਾਬੀ ਭਾਈਚਾਰਾ ਕਾਫੀ ਆ, ਉਹਨਾਂ ਦੇ ਕੋਈ ਨਾ ਕੋਈ ਮੁਸ਼ਕਲਾਂ ਚੱਲੀਆਂ ਰਹਿੰਦੀਆਂ, ਫਿਰ ਉਹਦੇ ਹੱਲ ਕੱਢਣੇ ਉਹ ਉੱਥੇ ਮੇਰਾ ਇਹੋ ਹੀ ਕੰਮ ਸੀ। ਉਹਦੇ ਲਈ ਫਿਰ ਤੁਹਾਨੂੰ ਉੱਥੋਂ ਦਾ ਪ੍ਰਸ਼ਾਸਨ ਪੇ ਕਰਦਾ? ਜੀ ਬਿਲਕੁਲ ਬਿਲਕੁਲ। ਕਹਿਣ ਦਾ ਮਤਲਬ ਹੈ ਕਿ ਜਿਹੜਾ ਕੰਮ ਤੁਸੀਂ ਸਿੱਖੀ ਦੇ ਪ੍ਰਤੀ ਅਵੇਅਰਨੈਸ ਦੇ ਲਈ ਸ਼ੁਰੂ ਕੀਤਾ ਸੀ ਉਹ ਤੁਹਾਡਾ ਪੇਸ਼ਾ ਬਣ ਗਿਆ? ਬਸ ਗੁਰੂ ਸਾਹਿਬ ਨੇ ਬਸ ਮੇਰੇ ਮਨ 'ਚ, ਉਦੋਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਨੂੰ ਕੈਰੀਅਰ ਦੀ ਨਹੀਂ ਸੀਗੀ, ਬਸ ਮੈਨੂੰ ਇਹ ਸੀ ਕਿ ਹੁਣ ਮੈਂ ਇੱਥੇ ਕੁਛ ਕਰਨਾ, ਕਿਉਂ ਮੇਰੇ ਤੋਂ ਵੀ ਬਹੁਤ ਰਸਤੇ ਸੀਗੇ, ਇੰਗਲੈਂਡ ਜਾਣ ਦੇ, ਕੈਨੇਡਾ ਜਾਣ ਦੇ, ਅਮੈਰੀਕਾ, ਜਦੋਂ ਮੈਂ ਇੱਥੋਂ ਨਵਾਂ ਗਿਆ ਮੈਂ ਵੀ ਉਹ ਸੋਚਦਾ ਸੀ ਕੈਨੇਡਾ ਅਮਰੀਕਾ ਚਲ ਜਾਵਾਂਗੇ, ਪਰ ਉੱਥੇ ਜਾ ਕੇ ਲੱਗਾ ਕਿ ਉੱਥੇ ਤਾਂ ਅੱਗੇ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਵਾਧੂ ਆਪਣੇ ਸਿੰਘ ਜਾਂ ਚੜ੍ਹਦੀ ਕਲਾ ਵਾਲੇ, ਹੈ ਨਾ, ਆਪਣੀ ਪਹਿਚਾਣ ਦੀ ਉੱਥੇ ਲੋੜ ਨਹੀਂ, ਪਰ ਇੱਥੇ ਮੇਰੀ ਲੋੜ ਆ। ਇੱਥੇ ਹੁਣ ਕਿਸੇ ਬੱਚੇ ਨੂੰ ਸਕੂਲ ਵਿੱਚ ਕੋਈ ਮੁਸ਼ਕਲ ਆ ਜਾਵੇ, ਕਿਸੇ ਹੋਰ ਥਾਂ ਵਿੱਚ ਕਿਸੇ ਕੋਈ ਪ੍ਰਾਈਵੇਟ ਫੈਕਟਰੀ ਵੀ ਆ ਉੱਥੇ ਕੋਈ ਮੁਸ਼ਕਲ ਆ ਜਾਵੇ, ਤਾਂ ਉਹਨਾਂ ਨੂੰ ਇੱਕ ਮਾਣ ਜਿਹਾ ਵੀ ਯਾਰ ਗਗਨਦੀਪ ਸਿੰਘ ਹੈਗਾ, ਹੈ ਨਾ, ਉਹ ਫੋਨ ਕਰਦੇ ਵੀਰੇ ਇੱਥੇ ਆਹ ਮੁਸ਼ਕਲ ਬਣ ਗਈ, ਹੈ ਨਾ, ਅਤੇ ਮੈਂ ਚੀਜ਼ ਸੋਚਦਾ ਕਿ ਇਹ ਉਹਨਾਂ ਦਾ ਮਾਣ ਮਹਿਸੂਸ ਕਰਨਾ, ਗੁਰੂ ਸਾਹਿਬ ਦਾ ਤਰਸ ਆ ਮੇਰੇ 'ਤੇ, ਹੈ ਨਾ, ਅਤੇ ਇਸ ਚੀਜ਼ ਨੂੰ ਲੈ ਕੇ ਫਿਰ ਜਿਹੜੀ ਗੱਲ ਸੀਗੀ ਉਹ ਪੁਰਸਕਾਰ ਵਾਲੀ, ਉਹ ਨਾਲ ਨਾਲ ਚੱਲਦੇ ਰਹਿਣਾ, ਮੈਂ ਆਪਣੇ ਤੌਰ 'ਤੇ ਆਪਣੀ ਪਹਿਚਾਣ ਲਈ ਕੰਮ ਕਰਨਾ ਪ੍ਰੈਜੀਡੈਂਟ, ਉਹ ਕਾਫੀ ਉਹਦਾ 2-3 ਸਾਲ ਵਿੱਚ ਕਾਫੀ ਉਹਦਾ ਉੱਥੇ ਪ੍ਰਭਾਵ ਜਿਹਾ ਪੈ ਗਿਆ। ਉਹਨਾਂ ਨੇ ਮੈਨੂੰ ਇੱਕ ਸਮਾਜ ਸੇਵਕ ਦੇ ਤੌਰ 'ਤੇ ਲੈਣਾ ਸ਼ੁਰੂ ਕਰਤਾ ਵੀ ਇਹ ਸਮਾਜ ਸੇਵਾ ਕਰਦਾ, ਪਰ ਮੇਰੀ ਜਿਹੜੀ ਭਾਵਨਾ ਸੀ ਉਹ ਇੱਕ ਆਪਣੀ ਸਿੱਖ ਕੌਮ ਦੀ ਪਹਿਚਾਣ ਲਈ ਸੀਗੀ। ਉਸ ਚੀਜ਼ ਨੂੰ ਲੈਂਦਿਆਂ ਜਦੋਂ ਉਹਨਾਂ ਨੇ ਰਾਸ਼ਟਰੀ ਪੁਰਸਕਾਰ ਹੁੰਦੇ ਆ, ਉਹਦੇ ਵਿੱਚ ਮੇਰੀਆਂ ਦੋਸਤ ਸੀਗੀਆਂ, ਉਹਨਾਂ ਨੇ ਮੇਰੇ ਆਪਣੇ ਫਾਈਲ ਬਣਾ ਕੇ ਲਾ ਦਿੱਤੀ ਕਿ ਗਗਨਦੀਪ ਨੇ ਆਹ ਕੰਮ ਕੀਤਾ ਸਾਰੀ, ਪਰ ਮੈਂ ਉਸ ਚੀਜ਼ ਤੋਂ ਅਣਜਾਣ ਸੀ, ਮੈਨੂੰ ਪਤਾ ਵੀ ਨਹੀਂ ਸੀਗਾ ਕਿ ਮੈਨੂੰ ਉਹਨਾਂ ਨੇ ਫਾਈਲ ਲੱਗੀ ਮੇਰੀ। ਜਦੋਂ ਉਹਦੇ ਵਿੱਚ ਮੈਨੂੰ ਚੁਣਿਆ ਗਿਆ, ਮੈਨੂੰ ਉੱਥੋਂ ਉਹਨਾਂ ਦੇ ਦਫ਼ਤਰ ਤੋਂ ਫੋਨ ਆਇਆ ਕਿ ਗਗਨਦੀਪ ਸਿੰਘ ਬਹੁਤ ਵਧਾਈਆਂ, ਤੂੰ ਪੁਰਸਕਾਰ ਲਈ ਚੁਣਿਆ ਗਿਆ ਵਾ। ਮੈਂ ਬੜਾ ਹੈਰਾਨ, ਮੈਨੂੰ ਹਾਸਾ ਜਿਹਾ, ਮੈਂ ਕਿਹਾ ਵੀ ਇੱਦਾਂ ਕਿੱਦਾਂ, ਮੈਨੂੰ ਤਾਂ ਪਤਾ ਵੀ ਨਹੀਂ ਇਸ ਚੀਜ਼ ਤੋਂ, ਹੈ ਨਾ। ਫਿਰ ਜਦੋਂ ਉਹਨਾਂ ਦਾ ਫੋਨ ਕੱਟਿਆ, ਮੈਨੂੰ 2-3 ਫੋਨ ਹੋਰ ਛੋੜੇ, ਕਿਉਂਕਿ ਉੱਥੋਂ ਦੇ ਜਦੋਂ ਟੈਲੀਵਿਜ਼ਨ 'ਤੇ ਮੀਡੀਆ 'ਚ ਖ਼ਬਰ ਆਉਣੀ ਸ਼ੁਰੂ ਹੋ ਗਈ, ਅਤੇ ਉਦੋਂ ਮੈਨੂੰ ਲੱਗਾ ਕਿ ਫਿਰ ਮੈਂ ਉਹਨਾਂ ਨੂੰ ਥੋੜ੍ਹਾ, ਮੈਂ ਕਿਹਾ ਤੁਸੀਂ ਮੈਨੂੰ ਦੱਸਦੇ ਸੀ ਕੁਛ ਪੁੱਛਦੇ, ਇਹ ਸੀਗਾ 1030 ਜਣੇ ਸੀਗੇ, ਅਤੇ ਜਿਨ੍ਹਾਂ ਦੇ ਵਿੱਚੋਂ ਉਹਨਾਂ ਨੇ 370 ਚੁਣੇ ਸੀਗੇ, ਜਿਹੜੇ ਉਹਦੇ ਲਈ ਹਰ ਖੇਤਰ ਵਿੱਚ, ਕੋਈ ਸੰਗੀਤ ਦੇ ਦਾਇਰੇ 'ਚ ਕੋਈ ਖਿਡਾਰੀ ਆ, ਕੋਈ ਲਿਖਾਰੀ ਆ, ਸਾਰੇ ਜਿੱਦਾਂ ਇੱਥੇ ਵੀ ਹੁੰਦੇ ਆ ਹਰ ਪੱਖ ਵਿੱਚੋਂ, ਹਰ ਖੇਤਰ ਦੇ ਵਿੱਚੋਂ, ਅਤੇ ਉਹਦੇ 'ਚੋਂ 370 ਉਹਨਾਂ ਨੇ ਚੁਣੇ, ਜਿਹਦੀ ਕਾਬਲ 370 'ਚੋਂ 3 ਚੁਣੇ। ਅੱਛਾ, ਅਤੇ 3 'ਚ ਗੁਰੂ ਸਾਹਿਬ ਦੀ ਕਿਰਪਾ ਨੇ ਆਪਾਂ ਨੂੰ ਲਿਆਂਦਾ, 1030, 370 ਫਿਰ 3, ਹਾਂ, ਜਦੋਂ 3 ਚਾਹੇ ਫਿਰ ਆਪਾਂ ਨੂੰ, ਔਰ ਉਹ ਵੀ ਖਾਸ ਤੌਰ 'ਤੇ ਯੂਰੋਪੀਅਨ ਮੁਲਕ ਦੇ ਵਿੱਚ। ਹਾਂਜੀ, ਇਹੋ ਮੇਰੇ ਲਈ ਵੱਡੀ ਗੱਲ ਸੀਗੀ ਕਿ ਉਦੋਂ ਮੈਨੂੰ ਮਹਿਸੂਸ ਹੋਣਾ ਸ਼ੁਰੂ ਹੋਇਆ ਵੀ ਯਾਰ ਗੁਰੂ ਸਾਹਿਬ ਜੀ ਤੁਸੀਂ ਮਨ 'ਚ ਕੋਈ ਚਾਅ ਜ਼ਰੂਰ ਰੱਖੋ। ਪਰ ਗਗਨਦੀਪ ਜੀ ਦੀ ਪ੍ਰਕਿਰਿਆ ਕੀ ਸੀ, ਚੁਣਨ ਦੀ ਪ੍ਰਕਿਰਿਆ ਕੀ ਸੀ? ਹਾਂਜੀ, ਸੌਖਾ ਸੀਗਾ ਕਿ ਜੇ ਬੰਦੇ ਚੁਣ ਲਏ ਤਾਂ ਚਲੋ ਠੀਕ ਹੈ, ਜੀ ਹੁਣ ਫਾਈਨਲ ਕਰਤਾ। ਹਾਂਜੀ, ਫਾਈਨਲ ਕਿਹਨੇ ਕਰਨਾ ਸੀ? ਉਹ ਜੱਜ ਹੁੰਦੇ, 10 ਮੈਂਬਰਾਂ ਦੀ ਟੀਮ ਹੁੰਦੀ ਆ ਜੱਜਾਂ ਦੀ, ਅਤੇ ਜਿਹੜੇ ਉਹ ਹਰ ਇੱਕ ਇਨਸਾਨ ਦੀ ਸ਼ੁਰੂ ਤੋਂ ਲੈ ਕੇ ਉਹਦਾ ਕੰਮ ਵੇਖਦੇ, ਉਹਨੇ ਕੀ ਕੀਤਾ, ਕਿਵੇਂ ਕੀਤਾ, ਅਤੇ ਉਹਦੇ ਵਿੱਚ ਉਹਨਾਂ ਨੇ ਚੁਣਨਾ ਹੁੰਦਾ ਵਾ, ਇਹ ਤਾਂ ਜੱਜਾਂ ਨੂੰ ਪਤਾ ਹੋਊਗਾ ਵੀ ਕਿਉਂ ਚੁਣਿਆ। ਅਤੇ ਬਾਕੀ ਇੱਕ ਇਹ ਸੀਗਾ ਕਿ ਭਾਸ਼ਾ ਦੇ ਨੂੰ ਲੈ ਕੇ ਉੱਥੇ ਕਾਫੀ ਸੀਗਾ, ਜਦੋਂ ਮੈਂ ਸਿੱਖਦਾ ਸੀਗਾ ਕਤਲਾਨ ਸਪੈਨਿਸ਼, ਮੈਨੂੰ ਕਾਫੀ ਮੁਸ਼ਕਲਾਂ ਆਉਂਦੀਆਂ ਸੀ, ਮੈਂ ਵਿਆਕਰਨ ਬਾਰੇ ਜਾਣਨ ਦੀ ਰੱਖਣੀ, ਅਤੇ ਮੈਨੂੰ ਕੋਈ ਦੱਸਣ ਵਾਲਾ ਨਹੀਂ ਹੁੰਦਾ, ਮੇਰੇ ਮਨ 'ਚ ਉਦੋਂ ਇੱਕ ਚਾਅ ਹੁੰਦਾ ਸੀ ਕਿ ਜਦੋਂ ਗੁਰੂ ਸਾਹਿਬ ਕਿਰਪਾ ਕਰਨ ਕਦੇ ਮੈਨੂੰ ਭਾਸ਼ਾ ਆਵੇ ਤਾਂ ਮੈਂ ਕਿਤਾਬ ਲਿਖੂੰਗਾ। ਮੈਂ ਕੋਈ ਲੇਖਕ ਨਹੀਂ, ਪਰ ਮੇਰੇ ਮਨ 'ਚ ਚਾਅ ਸੀਗਾ ਕਿ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਆ, ਨਾਮ ਜਪਣਾ, ਕਿਰਤ ਕਰਨੀ, ਵੰਡ ਕੇ ਛਕਣਾ, ਵੰਡ ਕੇ ਛਕਣਾ ਇਕੱਲਾ ਨਹੀਂ ਕਿ ਲੰਗਰ ਹੀ ਵੰਡ ਕੇ ਛਕਣਾ, ਜੇ ਤੁਹਾਨੂੰ ਗੁਰੂ ਸਾਹਿਬ ਜੀ ਨੇ ਕੋਈ ਗੁਣ ਬਖਸ਼ਿਆ ਵਾ ਤੁਸੀਂ ਉਹਨੂੰ ਦੂਜਿਆਂ ਨਾਲ ਵੰਡੋ। ਉਦੋਂ ਫਿਰ ਮੈਂ ਕਿਤਾਬ ਲਿਖਣੀ ਸ਼ੁਰੂ ਕੀਤੀ, ਉਹ ਕਿਤਾਬ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜਦੋਂ ਸੰਪੂਰਨ ਹੋਈ, ਫਿਰ ਉੱਥੇ ਆਪਾਂ ਜਿਹੜਾ ਉੱਥੋਂ ਦੇ ਪ੍ਰੈਜੀਡੈਂਟ ਦਫ਼ਤਰ ਸੀਗਾ, ਆਪਾਂ ਉੱਥੇ ਗਏ ਔਰ ਉਹਨਾਂ ਨੇ ਖੁਦ ਕਿਹਾ ਕਿ ਇਹਦਾ ਜਿਹੜਾ ਮੁੱਖ ਬੰਦ ਹੈ ਉਹ ਮੈਂ ਕਰੂੰਗਾ, ਇਹਨੂੰ ਆਪਾਂ ਪਾਰਲੀਮੈਂਟ 'ਚ ਰਿਲੀਜ਼ ਕਰਾਂਗੇ, ਕਿ ਇਹ ਬਹੁਤ ਵੱਡੀ ਹੈ, ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਹੋ ਇੱਕ ਗਗਨਦੀਪ ਸਿੰਘ ਨੇ ਕੀਤਾ। ਤਾਂ ਮੈਂ ਉਦੋਂ ਬੜਾ ਭਾਵੁਕ ਜਿਹਾ, ਮੈਂ ਕਿਹਾ ਇਹ ਗੁਰੂ ਸਾਹਿਬ ਦੀਆਂ ਕਿੱਡੀਆਂ ਵਡਿਆਈਆਂ ਵਾ, ਹੈ ਨਾ, ਜਿਹੜੀ ਚੀਜ਼ ਅਸੀਂ ਇੱਕ ਗਲੀ ਗਲੀ ਤੋਂ ਦੱਸ ਰਹੇ ਹਾਂ ਕਿ ਮੈਂ ਕਤਲਾਨ 'ਚ ਜਾਂ ਸਪੈਨਿਸ਼ 'ਚ ਲਿਖੀ, ਨਹੀਂ ਕਤਲਾਨ 'ਚ ਸੀਗਾ, ਹੁਣ ਦੂਸਰੀ ਗੁਰੂ ਸਾਹਿਬ ਦੀ ਕਿਰਪਾ ਨੇ ਇਸੇ ਸਾਲ 'ਚ ਸਪੈਨਿਸ਼ ਵਾਲੀ ਵੀ ਆ ਜਾਣੀ। ਮੈਨੂੰ ਪਤਾ ਲੱਗਿਆ ਜਦੋਂ ਤੁਹਾਨੂੰ ਅਵਾਰਡ ਮਿਲਣ ਜਾ ਰਿਹਾ ਸੀ, ਤੁਸੀਂ ਕਿਹਾ ਕਿ ਗਗਨਦੀਪ ਦੇ ਨਾਮ 'ਤੇ ਇਹ ਅਵਾਰਡ ਨਾ ਹੋਵੇ, ਇਹ ਕੌਮ ਦੇ ਨਾਂ 'ਤੇ ਅਵਾਰਡ ਹੋਣਾ ਚਾਹੀਦਾ, ਪ੍ਰਸ਼ਾਸਨ ਮੰਨਿਆ ਫਿਰ? ਜੇ ਮੰਨਿਆ ਤਾਂ ਫਿਰ ਕਿਵੇਂ ਮੰਨਿਆ, ਲੌਜਿਕ ਕੀ ਸੀ? ਹਾਂਜੀ, ਉਹ ਇਹ ਹੋਇਆ ਜਦੋਂ ਉਹਨਾਂ ਨੇ ਮੈਨੂੰ ਸੱਦਿਆ ਨਾ ਵੀ ਆਪਣੀ ਹੁਣ ਤੁਸੀਂ ਸਾਰੀ ਬਚਪਨ ਤੋਂ ਲੋਕ ਹੈ ਹੁਣ ਤੱਕ ਸਾਰਾ ਜਿੱਦਾਂ ਤੁਹਾਡੀ ਬਾਇਓਗ੍ਰਾਫੀ ਮੰਗਦੇ ਆ, ਅਤੇ ਉਹਨੂੰ ਉਹਨਾਂ ਨੇ ਆਪਣੇ ਤੌਰ 'ਤੇ ਲਿਖਣਾ ਹੁੰਦਾ, ਉਹਦੇ ਵਿੱਚ ਰਜਿਸਟਰਡ ਹੁੰਦਾ ਬਤੌਰ ਸਰਕਾਰੀ ਤੌਰ 'ਤੇ, ਅਤੇ ਉਦੋਂ ਮੈਨੂੰ ਇੱਦਾਂ, ਮੈਂ ਉਹਨਾਂ ਨੂੰ ਇਹ ਬੇਨਤੀ
ਅਤੇ ਮੇਰੇ ਮਨ 'ਚ ਮੈਂ ਕਿਹਾ ਵੀ ਵੇਖੋ ਤੁਸੀਂ ਬਾਹਰ ਤੁਹਾਡੇ ਦਫ਼ਤਰ ਆ, ਤੁਸੀਂ ਆਪਣੇ ਜਨਰਲੀ ਤਦ ਦੇ ਕਤਲੂਨੀਆਂ ਲਿਖਿਆ ਵਾ, ਤੁਸੀਂ ਆਪਣੀ ਸਰਕਾਰ ਦਾ ਨਾਂ ਲਿਖਿਆ ਵਾ, ਕੰਮ ਤਾਂ ਸਾਰਾ ਤੁਸੀਂ ਕਰਦੇ ਆ ਅਤੇ ਤੁਸੀਂ ਆਪਦੇ ਨਾਂ ਕਿਉਂ ਨਹੀਂ ਲਿਖੇ ਬਾਹਰ? ਅਤੇ ਉਹ ਅੱਗੋਂ ਚੁੱਪ ਜਿਹਾ ਕਰ ਗਏ ਨਾ ਕਿ ਮਹਾਰਾਜ ਨੇ ਆਪੇ ਮੇਰੇ ਮਨ 'ਚ ਖਿਆਲ ਲਿਆਂਦਾ। ਅਤੇ ਮੈਂ ਕਿਹਾ ਕੰਮ ਸਾਰਾ ਤੁਸੀਂ ਕਰੋ, ਤੁਸੀਂ ਆਪਣਾ ਤੁਸੀਂ ਨਾਂ ਲਿਖੋ, ਕੰਮ ਤੁਸੀਂ ਕਰਦੇ। ਉਹ ਕਹਿੰਦੇ ਨਹੀਂ ਨਹੀਂ ਅਸੀਂ ਕੰਮ ਅਸੀਂ ਕਰਦੇ ਹਾਂ ਪਰ ਅਸੀਂ ਆਪਣੀ ਸਰਕਾਰ ਲਈ ਕਰਦੇ ਹਾਂ। ਫਿਰ ਮੇਰਾ ਜਵਾਬ ਸੀਗਾ ਕਿ ਜੇ ਤੁਸੀਂ ਆਪਣੀ ਸਰਕਾਰ ਲਈ ਕਰਦੇ ਮੈਂ ਵੀ ਆਪਣੀ ਸਰਕਾਰ ਲਈ ਕੀਤਾ। ਅਤੇ ਉਸ ਚੀਜ਼ ਨਾਲ ਉਹਨਾਂ ਨੇ ਉਸ ਚੀਜ਼ ਨੂੰ ਸਹਿਮਤ ਕੀਤਾ। ਅਤੇ ਫਿਰ ਜਿਹੜਾ ਉਦੋਂ ਤਿੰਨਾਂ ਦੇ ਵਿੱਚ ਸੀਗਾ ਉਹ ਗਗਨਦੀਪ ਸਿੰਘ ਨੇ, ਕਿਉਂਕਿ ਮੇਰੀ ਹੈਸੀਅਤ 10 ਸਾਲ 20 ਸਾਲ ਹੋਰ ਆ, ਆਉਣ ਵਾਲੇ 20 ਸਾਲਾਂ ਨੂੰ 50 ਨੂੰ 100 ਨੂੰ ਉੱਥੋਂ ਦੇ ਇਤਿਹਾਸ ਵਿੱਚ ਹਮੇਸ਼ਾ ਸਿੱਖ ਕੌਮ ਦਾ ਨਾਂ ਰਹੂਗਾ। ਅਤੇ ਜਦੋਂ ਉਸ ਚੀਜ਼ ਨੂੰ ਲੈ ਕੇ ਉਹਨਾਂ ਨੇ ਕੀਤਾ, ਫਿਰ 3 ਸੀਗੇ ਉਹਦੀ, ਫਿਰ ਇੰਟਰਨੈਟ 'ਤੇ ਉਹਦੀ ਵੋਟਿੰਗ ਹੁੰਦੀ ਆ, ਉਦੋਂ ਮੈਨੂੰ ਲੱਗਾ ਮੈਂ ਕਿਹਾ ਸਾਰੇ ਗੋਰੇ ਆ ਇਹਨਾਂ ਨੇ ਵੋਟ ਉਹਨਾਂ ਨੂੰ ਪਾਉਣੀ ਦੂਜਿਆਂ ਦੋ ਨੂੰ ਹੈ ਨਾ, ਪਰ ਉਹ ਮਰੇ ਦਾ ਇੰਨਾ ਤਰਸ ਰਿਹਾ ਕਿ ਆਪਾਂ ਨੂੰ 52% ਵੋਟਾਂ ਪਈਆਂ ਸੀਗੀਆਂ ਸਿੱਖ ਕੌਮ ਨੂੰ, ਅਤੇ ਜਿਹੜੀ 48 ਉਹਨਾਂ ਦੋਵਾਂ ਨੂੰ ਸੀਗੀਆਂ। ਅਤੇ ਉਸ ਕਰਕੇ ਫਿਰ ਆਪਾਂ ਨੂੰ ਪਹਿਲਾ ਪੁਰਸਕਾਰ ਜਦੋਂ ਉਹ ਆਪਾਂ ਨੂੰ ਮਿਲਿਆ ਸੀ। ਥੋੜ੍ਹਾ ਸਪੇਨ ਦੇ ਬਾਰੇ ਦੱਸੋ ਗਗਨਦੀਪ ਸਿੰਘ, ਕਿ ਮਾਹੌਲ ਕਿੱਦਾਂ ਦਾ ਉੱਥੋਂ ਦੇ, ਲੋਕਾਂ ਦਾ ਕਲਚਰ ਕੀ ਹੈ, ਕਿੱਦਾਂ ਦੀ ਰਹਿਣੀ ਸਹਿਣੀ, ਔਰ ਅੱਜ ਪੰਜਾਬੀ ਕਮਿਊਨਿਟੀ ਦਾ ਸਥਾਨ ਉੱਥੇ ਕਿੱਥੇ ਕਦੇ ਖੜਾ ਹੋਇਆ, ਕਿੰਨੀ ਕੁ ਆਬਾਦੀ ਹੈ ਸਾਡੀ ਉੱਥੇ ਪੰਜਾਬੀ? ਹਾਂਜੀ ਵੇਖੋ, ਜਿਹੜੇ ਸਾਰੇ ਸਪੇਨ ਦੇ ਵਿੱਚ ਜਿਹੜੀ ਆਪਣਾ ਸਿੱਖ ਭਾਈਚਾਰਾ ਦੀ ਬਹੁ ਮਾਤ ਆ ਉਹ ਹੈਗੀ ਆ ਕਤਲੂਨੀਆ ਵਿੱਚ। ਕਤਲੂਨੀਆ ਪੰਜਾਬ ਵਾਂਗੂ ਇੱਕ ਵੱਖਰਾ ਰਾਜ ਆ, ਤੋ ਸਪੇਨ ਤੋਂ ਅਲੱਗ ਹੋਣਾ ਚਾਹੁੰਦਾ। ਆਪਣੀ 70% ਸਿੱਖ ਜਿਹੜੇ ਆ ਉਹ ਕਤਲੂਨੀਆ ਵਿੱਚ ਹੀ ਰਹਿ ਰਹੇ, ਕਿਉਂਕਿ ਉੱਥੇ ਰੁਜ਼ਗਾਰ ਜ਼ਿਆਦਾ ਵਾ, ਤੁਸੀਂ ਜਾਂਦੇ ਆ ਹਰ ਤਰ੍ਹਾਂ ਦੇ ਰਸਤੇ ਆ ਤੁਹਾਡੇ ਕੋਲ ਉੱਥੇ ਕੰਮ। ਬਾਕੀ ਸਪੇਨ ਵਿੱਚ ਜ਼ਿਆਦਾ ਉੱਥੇ ਵਿਦੇਸ਼ੀ ਆਉਂਦੇ ਆ, ਸਮੁੰਦਰ ਹੋਣ ਕਰਕੇ ਜ਼ਿਆਦਾ ਉੱਥੇ ਵਿਦੇਸ਼ੀ ਲੋਕ ਆਉਂਦੇ ਆ, ਅਤੇ ਉੱਥੋਂ ਰੈਸਟੋਰੈਂਟ ਦੇ ਕੰਮ ਜ਼ਿਆਦਾ, ਹੋਟਲ ਹੋ ਗਏ, ਇਹ ਥੋੜ੍ਹਾ ਉੱਧਰ ਕੰਮ ਜ਼ਿਆਦਾ ਵਾ। ਬਾਕੀ ਖੇਤੀ ਦਾ ਵੀ ਹੈਗਾ ਵਾ, ਅਤੇ ਸਪੇਨ ਯੂਰਪ ਦਾ 2 ਨੰਬਰ 'ਤੇ ਜਿਹੜਾ ਸਭ ਤੋਂ ਵੱਡਾ ਫਰਾਂਸ ਆ, ਅਤੇ ਸਪੇਨ ਉਸ ਤੋਂ ਬਾਅਦ ਆ। ਅਤੇ ਮੌਜੂਦਾ ਦੌਰ ਦੇ ਵਿੱਚ ਗਗਨਦੀਪ ਸਿੰਘ ਤੁਸੀਂ ਕੀ ਮਹਿਸੂਸ ਕਰਦੇ ਹੋ, ਕਿ ਆਮ ਤੌਰ 'ਤੇ ਚਰਚਾ ਚੱਲਦੀ, ਜਿਵੇਂ ਤੁਸੀਂ ਵੀ ਕਿਹਾ ਕਿ ਭਾਵਨਾ ਖਤਮ ਹੋ ਰਹੀ ਹੈ ਸਿੱਖਾਂ ਦੇ ਅੰਦਰੋਂ, ਖਾਸ ਤੌਰ 'ਤੇ ਜਿਵੇਂ ਕਹਿ ਲਓ ਕਿ ਹਵਾਲੇ ਦਿੱਤੇ ਜਾਂਦੇ ਸੌਖਾ ਨਹੀਂ ਆ, ਚਲੋ ਜੀ ਦਸਤਾਰ ਦੀ ਕੋਈ, ਜੇ ਦਸਤਾਰ ਦੀ ਵੀ ਕੁਰਬਾਨੀ ਦੇਣੀ ਪੈ ਰਹੀ ਦੇ ਦਿਓ, ਕੋਈ ਗੱਲ ਨਹੀਂ, ਬਾਹਰ ਪੱਕੇ ਹੋਣਾ ਚਾਹੀਦਾ, ਇੱਥੋਂ ਤੱਕ ਇੱਦਾਂ ਦੀ ਭਾਵਨਾ, ਪੰਜਾਬੀ ਜ਼ਬਾਨ ਨੂੰ ਉਹ ਤਵੱਜੋ ਨਹੀਂ ਆ ਖਾਸ ਤੌਰ 'ਤੇ, ਤੁਸੀਂ ਵਿਦੇਸ਼ ਵਿੱਚ ਰਹਿ ਕੇ ਵੀ ਇਹ ਚੀਜ਼ਾਂ ਕਹਿ ਲਓ ਕਿ ਮੇਨਟੇਨ ਰੱਖੀਆਂ, ਨਵੀਂ ਪੀੜ੍ਹੀ 'ਚ ਵਜ੍ਹਾ ਕੀ ਮੰਨਦੇ ਹੋ ਪੰਜਾਬੀ ਨਾਲੋਂ ਪ੍ਰੇਮ ਟੁੱਟਣਾ ਸਭ ਤੋਂ ਪਹਿਲਾਂ, ਔਰ ਉਸ ਤੋਂ ਬਾਅਦ ਦਸਤਾਰ ਵਾਲੀ ਗੱਲ ਆ ਗਈ, ਸਿੱਖੀ ਵਾਲੀ ਗੱਲ ਆ ਗਈ? ਹਾਂਜੀ ਵੇਖੋ, ਮੈਂ 2 ਚੀਜ਼ਾਂ ਵੇਖਦਾ, ਜਿਹੜੀ ਸਾਡੇ ਅੰਦਰ ਭਾਵਨਾਵਾਂ, ਇੱਕ ਸਰੀਰਕ ਰੋਗੀ, ਇੱਕ ਮਾਨਸਿਕ ਰੋਗੀ। ਇਹ ਆਪਣੀ ਕੌਮ ਨੂੰ ਮੈਂ ਕਹੂੰਗਾ ਇਸ ਟਾਈਮ ਮਾਨਸਿਕ ਰੋਗੀ ਆ, ਕਸੂਰਵਾਰ ਸਾਰੇ ਉਹ ਖੁਦ ਹੈ ਕਿ ਸਾਡੀਆਂ ਸਰਕਾਰ ਸੰਸਥਾਵਾਂ ਵੀ ਹੈਗੀਆਂ। ਵੇਖੋ ਸਰਕਾਰ ਅਤੇ ਇੱਥੋਂ ਦੀਆਂ ਸੰਸਥਾਵਾਂ, ਮੈਂ ਹਮੇਸ਼ਾ ਕਤੂਨੀਆਂ ਜੋੜ ਕੇ ਵੇਖਦਾ, ਉੱਥੋਂ ਦੇ ਲੋਕ ਕਤਲਾਨ 'ਚ ਗੱਲ ਕਰਦੇ ਆ, ਉਹਨਾਂ ਦੇ ਮੂੰਹ 'ਚੋਂ ਕਦੇ ਇੱਕ ਸ਼ਬਦ ਸਪੈਨਿਸ਼ ਦਾ ਨਿਕਲ ਜਾਂਦਾ, ਤੁਹਾਨੂੰ ਬਾਕੀ ਜਣੇ ਅਹਿਸਾਸ ਕਰਾਉਂਦੇ ਕਿ ਤੂੰ ਸਪੈਨਿਸ਼ ਬਣ ਗਿਆ। ਵੇਖੋ ਇੱਕ ਸ਼ਬਦ ਦੇ ਨਾਲ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਦੌਰ ਸ਼ੁਰੂ ਕਰਦੇ ਆ, ਕੋਈ ਕੰਪਨੀ ਆ, ਕੋਕਾ ਕੋਲਾ ਵਾ, ਉਹਨਾਂ ਨੇ ਸਪੈਨਿਸ਼ 'ਚ ਲਿਖਿਆ, ਉਹਨਾਂ ਨੇ ਸਾਰਿਆਂ ਕਿਹਾ ਵੀ ਕਿਸੇ ਵੀ ਕਤਲਾਨ ਨੇ ਜੇ ਸਪੈਨਿਸ਼ 'ਚ ਕੋਕਾ ਕੋਲਾ ਤਾਂ ਅਸੀਂ ਉਹਨੂੰ ਪ੍ਰਵਾਨ ਨਹੀਂ ਕਰਨਾ, ਕਤਲਾਨ 'ਚ ਚਾਹੀਦਾ, ਕੋਕਾ ਕੋਲਾ ਕੰਪਨੀ ਨੂੰ ਕਤਲਾਨ 'ਚ ਕਰਨਾ ਪਿਆ। ਇੱਕ ਲੋਕਾਂ ਦੇ ਅੰਦਰ ਉਹ ਇੱਕ ਮਾਣ ਮਹਿਸੂਸ ਕਰਦੇ ਆ ਆਪਣੀ ਭਾਸ਼ਾ ਨੂੰ ਬੋਲਣ ਵਿੱਚ। ਇੱਥੇ ਤਾਂ ਜਿਹਨੂੰ ਮੰਨ ਲਓ ਤੁਸੀਂ ਅੰਗਰੇਜ਼ੀ ਬੋਲੀ ਜਾਂਦਾ ਵਾ, ਹੈਲੋ ਸਰ, ਮੇ ਹੈਲਪ ਯੂ, ਗੁੱਡ ਈਵਨਿੰਗ, ਸਮਝ ਨਹੀਂ ਆਉਂਦੀ ਵੀ ਆਪਾਂ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਹਾਂ ਕਿ ਜਾਂ ਆਪਾਂ ਇੱਥੇ ਲੰਡਨ 'ਚ ਖਲੋਤੇ ਹਾਂ। ਫਿਰ ਇਹਨਾਂ ਨੂੰ ਜਦੋਂ ਆਈਲੈਟਸ ਕਰਦੇ ਉਦੋਂ 3 ਮਿੰਟ ਵੀ ਨਹੀਂ ਆਉਂਦੇ, 4 ਵੀ ਨਹੀਂ ਆਉਂਦੇ, ਜਿਹੜੀ ਇਹ ਅੰਗਰੇਜ਼ੀ ਬੋਲਣ ਵਾਲੇ ਆ, ਜਿਹਨੂੂੰ ਨਹੀਂ ਆਉਂਦੀ ਉਹ ਹਿੰਦੀ ਬੋਲੀ ਜਾਂਦਾ, ਬੇਟਾ ਇੱਧਰ ਆਓ ਮੇਰੀ ਬਾਤ ਸੁਣੋ, ਕਿਆ ਕਰ ਰਹੇ ਹੋ। ਇੱਕ ਮਾਨਸਿਕਤਾ, ਵੇਖੋ ਆਪਾਂ ਹਿੰਦੀ ਨਾਲ ਕੋਈ ਸਾਡਾ ਫਰਕ ਨਹੀਂ ਹੈ, ਨਫ਼ਰਤ ਨਹੀਂ ਆ, ਇੰਗਲਿਸ਼ ਨਾਲ ਸਾਡੀ ਕੋਈ ਨਫ਼ਰਤ ਨਹੀਂ ਹੈ, ਪਰ ਜਿੱਥੇ ਲੋੜ ਹੈ ਉੱਥੇ ਬੋਲੀਏ। ਹੁਣ ਇੱਕ ਸਿੱਖ, ਇੱਕ ਪੰਜਾਬੀ ਉੜੀਸਾ 'ਚ ਜਾਵੇ, ਮਹਾਰਾਸ਼ਟਰ 'ਚ ਜਾਵੇ, ਉੱਥੇ ਬੋਲੇ ਹਿੰਦੀ ਜਿੱਥੇ ਲੋੜ ਆ, ਪਰ ਸਾਨੂੰ ਆਪਸ ਵਿੱਚ ਆਪਣੇ ਬੱਚਿਆਂ ਦੇ ਨਾਲ ਕੀ ਮਜਬੂਰੀ ਬਣ ਗਈ ਕਿ ਅਸੀਂ ਉਹਨਾਂ ਨਾਲ ਵੀ ਆਪਾਂ ਹਿੰਦੀ 'ਚ ਗੱਲ ਕਰ ਰਹੇ ਹਾਂ। ਤੁਸੀਂ ਸੋਚੋ, ਮੈਂ ਹਮੇਸ਼ਾ ਚੀਜ਼ ਵੇਖਦਾ ਨਾ, ਸਾਡੇ ਜਿਹੜੇ ਪੜਦਾਦੇ ਆ ਉਹ ਹਮੇਸ਼ਾ ਜਦੋਂ ਗੱਲ ਕਰਦੇ ਸੀ 100% ਗੁਰਮੁਖੀ 'ਚ ਗੱਲ ਕਰਦੇ ਸੀਗੇ। ਜਿਹੜੇ ਸਾਡੇ ਮਾਪੇ ਆ ਉਹ 20-30% ਆਪਣੀ ਗੱਲਬਾਤ ਵਿੱਚ ਅੰਗਰੇਜ਼ੀ ਦੇ ਸ਼ਬਦ ਵਰਤਣ ਦੇ ਪਏ, ਸੋਰੀ ਬੇਟਾ, ਥੈਂਕ ਯੂ, ਪਲੀਜ਼ ਲਾਈਟ ਆਫ ਕਰ ਦਿਓ, ਹੈ ਨਾ। ਜਿਹੜੇ ਅਸੀਂ 50 ਤੱਕ ਆ ਗਏ ਹਾਂ, ਅਤੇ ਜਿਹੜੇ ਸਾਡੇ ਬੱਚੇ ਆ ਉਹ ਕਿੱਥੋਂ ਤੱਕ ਚੱਲ ਜਾਣਗੇ? ਅਤੇ ਇਹ ਜੇ ਭਾਸ਼ਾ ਬੋਲੀਆਂ ਜਾਣ ਇਹਨਾਂ ਨੂੰ ਬਰਾਬਰ ਕੀਤਾ ਜਾਵੇ ਤਾਂ ਤਾਂ ਹੀ ਰਹਿੰਦੀਆਂ। ਪਰ ਤੁਹਾਨੂੰ ਲੱਗਦਾ ਨਹੀਂ ਸਿਸਟਮ ਨੇ ਦੌੜ ਹੀ ਇੱਦਾਂ ਦੀ ਬਣਾ ਦਿੱਤੀ ਹੈ ਕਿ ਉਹਦੇ ਕਰਕੇ ਰਹਿ ਨਹੀਂ ਹੋ ਰਿਹਾ ਲੋਕਾਂ ਤੋਂ? ਉੱਥੇ 3 ਚੀਜ਼ਾਂ ਵਾ, ਲੋਕ ਕਤਲੂਨੀਆ ਵਿੱਚ, ਲੋਕ ਉੱਥੋਂ ਦੀਆਂ ਸੰਸਥਾਵਾਂ, ਭਾਸ਼ਾਵਾਂ ਲਈ ਇੰਨੇ ਕੁ ਚਿੰਤਿਤ ਆ, ਇੰਨੇ ਕੁ ਜ਼ਿਆਦਾ ਕਿ ਅਸੀਂ ਕਤਲਾਨ ਆ, ਉਹ ਇੰਨਾ ਮਾਣ ਮਹਿਸੂਸ ਕਰਦੇ ਆ। ਤੁਸੀਂ ਉਹਨਾਂ ਨਾਲ ਅੰਗਰੇਜ਼ੀ 'ਚ ਗੱਲ ਕਰੋ ਤਾਂ ਤੁਹਾਨੂੰ ਜਵਾਬ ਨਹੀਂ ਦੇਣਗੇ, ਅੰਗਰੇਜ਼ੀ ਤੁਹਾਡੇ ਨਾਲ ਵਧੀਆ ਬੋਲਣਗੇ ਪਰ ਤੁਹਾਡੇ ਨਾਲ ਨਹੀਂ ਗੱਲ ਕਰਨਗੇ। ਉਹ ਕਹਿੰਦੇ ਤੁਸੀਂ ਇੱਥੇ ਆਏ ਆ, ਤੁਸੀਂ ਕਤਲਾਨ ਬੋਲੋ, ਇੱਥੋਂ ਤੱਕ ਕਿ ਸਪੈਨਿਸ਼ 'ਚ ਨਹੀਂ ਤੁਹਾਡੇ ਨਾਲ ਗੱਲ ਕਰਨਗੇ। ਆਪਾਂ ਨੂੰ ਕਹਿੰਦੇ ਵੀ ਮੈਨੂੰ ਹਿੰਦੀ ਨਹੀਂ ਆਉਂਦੀ ਅਤੇ ਮੈਂ ਪੰਜਾਬੀ ਨਹੀਂ ਆਉਂਦੀ ਅਤੇ ਮੇਰਾ ਹਿੰਦੀ 'ਚ ਗੱਲ ਕਰ ਲਓ, ਪਰ ਫਿਰ ਸਰਕਾਰ ਚਿੰਤਤ ਹੈ ਇਸ ਚੀਜ਼ ਲਈ, ਜਿਹੜੀ ਕਤਲਾਨ ਸਰਕਾਰ ਆ, ਕਿ ਸਾਡੀ
ਇੱਥੇ ਗੋਰੇ ਥੋੜ੍ਹੀ ਪੜ੍ਹਨ ਵਾਲੇ ਕਿ ਤੁਸੀਂ ਉਹਨਾਂ ਨੂੰ ਲਿਖ ਕੇ ਦੇ ਰਹੇ ਗੌਰਮੈਂਟ ਆਫ ਪੰਜਾਬ, ਤੁਸੀਂ ਪੰਜਾਬੀ 'ਚ ਲਿਖਿਆ ਹੋਵੇ ਪੰਜਾਬ ਸਰਕਾਰ, ਕਿੰਨੇ ਦਫ਼ਤਰ ਆ, ਕਿੰਨੇ ਅਦਾਰੇ ਆ ਜਿੱਥੇ ਅੰਗਰੇਜ਼ੀ ਲਿਖੀ ਆ, ਉਹਦੀ ਬੇਲੋੜੀ ਆ, ਉਹਦਾ ਕੋਈ ਮਕਸਦ ਨਹੀਂ ਆ, ਪੰਜਾਬੀਆਂ ਨੇ ਜਾਣਾ ਹੁੰਦਾ, ਪਿੰਡਾਂ ਵਾਲੇ ਬਜ਼ੁਰਗਾਂ ਨੇ ਜਾਣਾ ਹੁੰਦਾ ਉੱਥੇ ਅੰਗਰੇਜ਼ੀ ਲਿਖੀ ਆ, ਹੈ ਨਾ। ਸੋ ਇਹ ਚੀਜ਼ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਸਰਕਾਰਾਂ ਦੀਆਂ ਕਹਿ ਲਓ ਚਾਲਾਂ ਅਤੇ ਆਪਣੀ ਸਾਡੀ ਉਹ ਮਾਨਸਿਕਤਾ ਉਹਨਾਂ 'ਤੇ ਹੈਵੀ ਹੋ ਗਈ ਆ, ਅਸੀਂ ਉਹ ਚੀਜ਼ ਨੂੰ ਪ੍ਰਵਾਨ ਕਰ ਲਿਆ ਕਿ ਵਾਕਈ ਹੀ ਅੰਗਰੇਜ਼ੀ ਬੋਲਣ ਵਾਲਾ ਪੜ੍ਹਿਆ ਲਿਖਿਆ ਵਾ ਅਤੇ ਹਿੰਦੀ ਬੋਲਣ ਵਾਲਾ ਪੜ੍ਹਿਆ ਲਿਖਿਆ ਵਾ, ਤੁਹਾਡਾ ਇੱਕ ਪੱਧਰ ਬਣ ਜਾਂਦਾ ਵਾ ਪੰਜਾਬੀ ਵਾਲਾ, ਇੱਕ ਉਹਨਾਂ ਨੇ ਤੁਹਾਨੂੰ ਦੇਸੀ ਅਤੇ ਪੇਂਡੂ ਬਣਾਤਾ। ਪਰ ਇਹ ਚੀਜ਼ ਮਾਣ ਮਹਿਸੂਸ ਕਰਨ ਵਾਲੀ ਹੈ ਕਿ ਤੁਸੀਂ ਪੰਜਾਬੀ ਹੋ। ਤੁਹਾਡੀਆਂ ਇਹ ਸਾਰੀਆਂ ਗੱਲਾਂ ਮੈਂ ਪੰਜਾਬ 'ਚ ਜਾਂ ਭਾਰਤ 'ਚ ਤਾਂ ਮੰਨ ਲਵਾਂ ਕਿ ਸਰਕਾਰਾਂ ਦਾ ਦਬਾਅ ਕਹਿ ਲਓ ਜਾਂ ਸਰਕਾਰਾਂ ਦਾ ਸਿਸਟਮ ਹੀ ਕੁਝ ਇਸ ਤਰ੍ਹਾਂ ਦਾ ਹੈਗਾ ਕਿ ਲੋਕ ਹਿਪਨੋਟਾਈਜ਼ ਹੈਗੇ ਨੇ, ਪਰ ਵਿਦੇਸ਼ੀ ਮੁਲਕਾਂ ਦੇ ਵਿੱਚ ਤਾਂ ਬੜੀ ਫਰੀਡਮ ਹੈਗੀ ਆ, ਬੜੀ ਆਜ਼ਾਦੀ ਹੈ। ਤੁਸੀਂ ਵੀ ਉੱਥੇ ਜਾ ਕੇ ਉਸ ਆਜ਼ਾਦੀ ਦਾ ਕਹਿ ਲਓ ਕਿ ਤੁਸੀਂ ਫਾਇਦਾ ਲਿਆ, ਲਾਹਾ ਲਿਆ ਅਤੇ ਸਿੱਖੀ ਦੇ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਹਾਂਜੀ। ਪਰ ਡਾਇਸਪੋਰਾ ਅੰਦਰ ਵੇਖੀਏ ਗਲੋਬਲ ਪੱਧਰ 'ਤੇ, ਹਾਂਜੀ, ਤਾਂ ਉੱਥੇ ਵੀ ਸਾਡੀਆਂ ਊਣਤਾਈਆਂ ਇੱਥੋਂ ਵਾਲੀਆਂ ਲਗਭਗ ਉੱਥੇ ਹੀ ਨੇ। ਦੇਖੋ, ਲੜਾਈਆਂ ਵੀ, ਝਗੜੇ ਵੀ, ਸਿੱਖ ਵਰਸਸ ਸਿੱਖ। ਸਭ ਤੋਂ ਵੱਧ ਜਿਹੜੀ ਇੱਕ ਚੀਜ਼ ਦੀ ਕੰਪਲੇਂਟ ਜਾਂ ਕਹਿ ਲਓ ਜਿਹਦਾ ਅਫਸੋਸ ਹੁੰਦਾ ਕਿ ਸਿਧਾਂਤਾਂ ਤੋਂ ਡੋਲੀ ਹੋਈ ਸਾਡੀ ਕਮਿਊਨਿਟੀ ਨਜ਼ਰ ਆਉਂਦੀ ਹੈ, ਇਹਦੀ ਮੋਟੇ ਤੌਰ 'ਤੇ ਤੁਸੀਂ ਵਜ੍ਹਾ ਕੀ ਮੰਨਦੇ ਹੋ? ਤੁਹਾਡਾ ਪਰਿਵਾਰ ਪਿਛੋਕੜ ਸਿੱਖੀ ਵਾਲਾ ਸੀ ਜਾਂ ਬਹੁਗਿਣਤੀ ਲੋਕਾਂ ਨੂੰ ਇੱਦਾਂ ਦਾ ਪਰਿਵਾਰ ਨਹੀਂ ਮਿਲਦੇ ਜਾਂ ਲਿਟਰੇਚਰ ਨਹੀਂ ਉੱਦਾਂ ਦਾ ਮਿਲਦਾ, ਐਜੂਕੇਸ਼ਨ ਨਹੀਂ ਉੱਦਾਂ ਦੀ ਮਿਲਦੀ, ਜਾਂ ਫਿਰ ਸਾਡੀਆਂ ਸੰਸਥਾਵਾਂ ਉਸ ਪੱਧਰ 'ਤੇ ਉੱਦਮ ਹੀ ਨਹੀਂ ਕਰ ਪਾ ਰਹੀਆਂ ਕਿ ਨਵੀਂ ਨੌਜਵਾਨ ਪੀੜ੍ਹੀ ਨੂੰ ਅਵੇਅਰ ਕੀਤਾ ਜਾਵੇ? ਦੇਖੋ ਵੀਰ ਜੀ, ਮੈਂ ਹਮੇਸ਼ਾ ਕਹੀ ਸੋਚਦਾ, ਮੈਂ ਕੁਛ ਨਹੀਂ ਕੀਤਾ ਗੁਰੂ ਸਾਹਿਬ ਦੀ ਕਿਰਪਾ ਨਾਲ, ਮੈਂ ਕਹੀ ਸੋਚਦਾ ਨਾ ਇੱਕ ਸਿੱਖ ਗਗਨਦੀਪ ਸਿੰਘ ਮੈਨ ਇੱਕ ਸਿੱਖ ਦੇ ਤੌਰ 'ਤੇ ਵੇਖਦਾ ਹੁੰਦਾ ਵੀ ਉੱਥੇ ਜਾ ਕੇ ਉਸ ਮੁਲਕ ਵਿੱਚ ਜਿੱਥੇ ਸਾਡੀ ਦਸਤਾਰ ਨੂੰ ਪ੍ਰਵਾਨ ਨਹੀਂ ਕਰਦੇ, ਲਾ ਕੇ ਫੋਟੋ ਲਾਉਣੀ ਪੈਂਦੀ ਸੀ, ਸ਼੍ਰੀ ਸਾਹਿਬ ਨੂੰ ਪ੍ਰਵਾਨ ਨਹੀਂ ਕਰਦੇ, ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜੀ DGP ਤੱਕ ਨਗਰ ਕੀਰਤਨ 'ਚ ਆ ਕੇ ਇਹ ਕਹਿ ਰਹੀ ਆ ਕਿ ਜਿਹੜੀ ਇੱਕ ਸਿੱਖ ਦੀ ਸ਼੍ਰੀ ਸਾਹਿਬ ਆ ਉਹਦਾ ਮਹੱਤਵ ਪੁਲਿਸ ਦੇ ਵਾਲੇ ਪਿਸਟਲ ਨਾਲੋਂ ਉੱਪਰ ਆ, ਹੈ ਨਾ। ਜੇ ਆਪਾਂ ਇੱਕ 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 ਸਿੱਖ ਇਹ ਚੀਜ਼ ਕਰ ਸਕਦਾ ਵਾ ਅਤੇ ਸ਼੍ਰੋਮਣੀ ਕਮੇਟੀ ਜਾਂ ਹੋਰ ਸੰਸਥਾਵਾਂ ਆਪਣੀਆਂ ਸਿੱਖ ਕਿਉਂ ਨਹੀਂ ਆਪਾਂ ਵੱਡੇ ਵੱਡੇ ਉਪਰਾਲੇ, ਸਰਕਾਰ ਆਪਾਂ ਹਮੇਸ਼ਾ ਸਰਕਾਰ ਨੇ ਆਪਣੇ ਲਈ ਕੀ ਨਹੀਂ ਕਰ ਸਕਦੇ, ਜਿਹੜੀਆਂ ਆਪਾਂ ਨੂੰ ਮੁਸ਼ਕਲਾਂ ਉੱਥੇ ਕਿੰਨੇ ਕਿੰਨੇ ਸਾਲ ਸੰਘਰਸ਼ ਕਰਨਾ ਪੈਂਦਾ ਉਹਨਾਂ ਦੇਸ਼ਾਂ 'ਚ ਜਾ ਕੇ, ਇਹ ਚਾਹੁਣ ਤਾਂ ਸਭ ਕੁਛ ਕਰ ਸਕਦੇ ਪਰ ਇਹ ਚਾਹੁੰਦੇ ਹੀ ਨਹੀਂ ਆ ਕਿ ਸਾਡੇ ਜਿਹੜੇ ਸਿੱਖ ਉੱਥੇ ਬੈਠੇ ਆ। ਪਰ ਤੁਸੀਂ ਇਹ ਵੀ ਮੰਨਦੇ ਹੋ ਨਾ ਕਿ ਸਿੱਖਾਂ 'ਚੋਂ ਵੀ ਮੈਂ ਕੀ ਲੈਣ ਵਾਲਾ ਮਾਡਲ ਆ ਗਿਆ? ਹਰ ਚੀਜ਼ ਵੇਖੋ, ਹਰ ਬੰਦਾ ਜਾਂਦਾ ਉਹ ਕਹਿੰਦਾ ਯਾਰ ਮੈਂ ਆਪਣੇ ਪੈਸੇ ਕਮਾਵਾਂ, ਮੈਂ ਆਪਣੇ ਪਰਿਵਾਰ ਨੂੰ ਸੁਖੀ ਕਰਾਂ, ਮੈਂ ਇਸ ਚੀਜ਼ ਤੋਂ ਕੀ ਲੈਣਾ। ਪਰ ਮੈਂ ਸੋਚਦਾ ਵੀ ਸਾਰੇ ਹੀ ਜੇ ਇਹ ਚੀਜ਼ ਆਪਾਂ ਸੋਚਣ ਲੱਗ ਪਏ ਤਾਂ ਕਿਸੇ ਨੂੰ ਤਾਂ ਨਿਕਲਣਾ ਹੀ ਪੈਣਾ, ਕਿਸੇ ਨੂੰ ਤਾਂ ਕੁਛ ਕਰਨਾ ਹੀ ਪੈਣਾ, ਹੈ ਨਾ। ਬਹੁਤ ਸਾਰੇ ਲੋਕਾਂ ਦਾ ਗਗਨਦੀਪ ਸਿੰਘ ਜੀ ਇੱਕ ਮਾਨਸਿਕ ਪਰਿਵਰਤਨ ਵੀ ਹੋਇਆ। ਹਾਂਜੀ, ਉਹ ਕਿਤੇ ਨਾ ਕਿਤੇ ਕੱਟੜਵਾਦ ਦੇ ਨਾਲ ਜੋੜਦੇ ਆ ਕਿ ਨਹੀਂ ਸੈਕੂਲਰ ਹੋਣਾ ਚਾਹੀਦਾ, ਹੁਣ ਜਿਹੜਾ ਹੈ ਉਹ ਕੱਟੜਵਾਦ ਨਹੀਂ ਹੋਣਾ ਚਾਹੀਦਾ। ਬਹੁਤ ਸਾਰੇ ਲੋਕ ਠੀਕ ਹੈ, ਸਾਨੂੰ ਸਰੂਪ ਸਿੱਖੀ ਦਾ ਸਰੂਪ ਹੈ ਇੱਕ, ਦਸਤਾਰ ਹੋਣਾ, ਦਾੜਾ ਪ੍ਰਕਾਸ਼ ਹੋਣਾ, ਸਾਡੇ ਕਕਾਰ ਹੋਣਾ, ਪਰ ਨਵੀਂ ਪੀੜ੍ਹੀ ਕਹਿ ਲਓ ਕਿ ਉਹਨਾਂ 'ਚ ਸੈਕੂਲਰਿਜ਼ਮ ਦੀ ਨਵੀਂ ਡੈਫੀਨੇਸ਼ਨ ਦਿੰਦੇ ਆ। ਹਾਂਜੀ, ਕਾਮਰੇਡ ਪੁਣਾ ਕਹਿ ਲਓ ਕਿ ਉਹਨਾਂ 'ਚੋਂ ਸਾਫ਼ ਤੌਰ 'ਤੇ ਝਲਕਦਾ। ਦੇਖੋ ਵੀਰ ਜੀ, ਜਿਹੜੀ ਸਿੱਖੀ ਆ ਹਮੇਸ਼ਾ ਇੱਕ, ਆਪਾਂ ਕਈ ਵਾਰੀ ਨਾ, ਮੈਂ ਇੱਥੇ ਕਈ ਵਾਰੀ ਵੇਖਦਾ ਕਈ ਜਥੇਬੰਦੀਆਂ, ਕਈ ਜਥੇ ਇੱਕ ਇੰਨਾ ਕੁ ਜ਼ਿਆਦਾ ਕੱਟੜਤਾ ਲੈ ਆਏ ਕਿ ਕੋਈ ਮਾੜਾ ਮੋਟਾ ਬੰਦਾ ਜਾਂ ਮਾੜਾ ਮੋਟਾ ਸਿੱਖ ਉਹਨਾਂ ਲੱਗੇ ਉਹ ਕੱਢਣਾ ਪ੍ਰਵਾਨ ਨਹੀਂ ਕਰਦੇ, ਧਰਮ ਤੋਂ ਦੂਰ ਕੀਤਾ, ਬਿਲਕੁਲ ਕੀਤਾ, 100% ਕੀਤਾ। ਵੇਖੋ, ਮੈਂ ਹਮੇਸ਼ਾ ਗੁਰੂ ਆਪਣਾ ਇਤਿਹਾਸ ਕੀ ਆ, ਗਣਕਾ ਕੌਣ ਸੀਗੀ, ਭੂਮੀਆਂ ਚੋਰ ਸੱਜਣ ਠੱਗ, ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਜੇ ਉਹਨਾਂ 'ਚ ਔਗਣ ਸੀਗੇ ਮਰਨ ਨੇ ਉਹਨਾਂ ਨੂੰ ਗਲਣਾ ਲਾ ਕੇ ਗੁਣਾਂ ਵਾਲੇ ਬਣਾਤਾ, ਉਹਨਾਂ ਨੂੰ ਗਲਣਾ ਲਾ ਕੇ ਗੁਣਾਂ ਵਾਲੇ ਬਣਾਤਾ। ਅਸੀਂ ਉਸੇ ਪਿਓ ਦੇ ਪੋਤੇ ਹਾਂ, ਅਸੀਂ ਕਹਿੰਦੇ ਜੇ ਮੈਂ ਅੰਮ੍ਰਿਤਧਾਰੀ ਹਾਂ, ਮੇਰੇ ਕੋਲ ਸਰਟੀਫਿਕੇਟ ਆ ਅਤੇ ਤੂੰ ਮੋਨਾ, ਤੂੰ ਮੇਰੇ ਲਾਗੋਂ ਪਰੇ ਹੋ ਜਾ, ਤੈਨੂੰ ਮੈਂ ਪ੍ਰਵਾਨ ਨਹੀਂ ਕਰਦਾ। ਜੇ ਸਾਡੇ ਗੁਰੂ ਸਾਹਿਬ ਜੀ ਪ੍ਰਵਾਨ ਕਰ ਸਕਦੇ ਆ, ਅਸੀਂ ਕਿਉਂ ਨਹੀਂ ਕਰ ਸਕਦੇ? ਸਮਾਂ ਇਹ ਆ, ਲੋੜ ਇਹ ਆ ਵੀਰੇ ਕਿ ਜੇ ਉਹ ਅਣਜਾਣ ਹੋ ਕੇ ਇਸ ਮਾਹੌਲ ਕਰਕੇ ਜੇ ਉਹ ਸਿੱਖੀ ਤੋਂ ਦੂਰ ਚਲ ਗਏ ਆ ਜਾਂ ਆਪਣੇ ਧਰਮ ਤੋਂ ਦੂਰ ਚਲ ਗਏ, ਉਹਨਾਂ ਦੇ ਭਾਵਨਾ ਅਸੀਂ ਉਹਨਾਂ ਨੂੰ ਗਲਣਾ ਲਾਉਣਾ ਸਾਰਿਆਂ ਨੂੰ ਪਿਆ। ਇਹ ਸਿੱਖ ਧਰਮ ਹੈ ਹੀ ਪਿਆਰ ਦਾ ਵਾ, ਜਦੋਂ ਉੱਥੇ ਗੋਰਿਆਂ ਨੂੰ ਦੱਸੀਦਾ ਵੀ ਸਿੱਖ ਧਰਮ, ਉਹ ਅੱਗੋਂ ਮੂੰਹ ਅੱਡ ਲੈਂਦੇ ਵਾਹ ਉਹ, ਕਿ ਕਿੰਨੀ ਸੋਹਣੀ ਸਿੱਖੀ, ਕਿੰਨਾ ਸੋਹਣਾ ਧਰਮ ਹੈ। ਬਾਅਦ 'ਚ ਆਈਆਂ ਸ਼ਕਤੀਆਂ ਨੇ, ਸਾਡੇ ਵੱਲੋਂ ਪੈਦਾ ਕੀਤੀਆਂ ਸ਼ਕਤੀਆਂ ਨੇ ਜਾਂ ਮੋੜੇ ਗਏ ਰੂਲ ਰੈਗੂਲੇਸ਼ਨ ਨੇ ਵੀ ਨਵੀਂ ਨੌਜਵਾਨ ਪੀੜ੍ਹੀ ਨੂੰ ਦੂਰ ਕੀਤਾ। ਜਿਵੇਂ ਬਹੁਤ ਸਾਰੇ ਲੋਕ ਕਹਿੰਦੇ ਕਿ ਚਰਚ ਜਾਣਾ ਤਾਂ ਉਹ ਠੀਕ ਹੈ, ਤੁਸੀਂ ਬਾਈਬਲ ਪੜ੍ਹਨੀ ਆ ਤਾਂ ਉਸ ਪੱਧਰ 'ਤੇ, ਜਿਹੜੀ ਰਹਿਤ ਮਰਿਆਦਾ ਸਾਡੇ ਆ, ਤੁਸੀਂ ਰਹਿਤ ਮਰਿਆਦਾ 'ਚ ਮੰਨਦੇ ਹੋ ਕਿ ਕਿਤੇ ਨਾ ਕਿਤੇ ਕੁਝ ਮਨਘੜਤ ਚੀਜ਼ਾਂ ਇਹੋ ਜਿਹੀਆਂ ਆ ਗਈਆਂ ਜਿਹਨੇ ਧਰਮ ਨੂੰ ਔਖਾ ਕਰਤਾ ਸਰਲ ਦੀ ਬਜਾਏ? ਦੇਖੋ ਵੀਰ ਜੀ, ਇੱਕ ਮੈਂ ਹਮੇਸ਼ਾ ਚੀਜ਼ ਮਹਿਸੂਸ ਕਰਦਾ ਹੁੰਦਾ ਵਾਂ ਜਦੋਂ ਮੈਂ ਗੋਰਿਆਂ ਨਾਲ ਵੀ ਕਦੀ ਗੱਲ ਕਰਾਂ, ਜਦੋਂ ਪ੍ਰੈਜੈਂਟੇਸ਼ਨ ਹੁੰਦੀ ਹੈ, ਇੱਕ ਪਿਆਰ ਆ, ਇੱਕ ਇਸ਼ਕ ਆ, ਠੀਕ ਆ। ਇਹਦੇ 'ਚ ਇੰਨੇ ਜਿਹੜੇ ਆਪਾਂ ਸਖਤੀਆਂ ਪੈਦਾ ਕਰਦੀਆਂ ਨਾ, ਆ ਵੀ ਨਹੀਂ ਕਰ ਸਕਦਾ, ਆ ਵੀ ਨਹੀਂ ਕਰ ਸਕਦਾ, ਆ ਵੀ ਨਹੀਂ ਕਰ ਸਕਦਾ, ਆ ਵੀ ਨਹੀਂ ਕਰ ਸਕਦਾ,
ਮੈਨੂੰ ਲੱਗਦਾ ਕਿ ਇਹ ਇੱਕ ਪਿਆਰ ਦਾ ਰਸਤਾ ਵਾ। ਗੁਰੂ ਸਾਹਿਬ ਨੇ ਇੱਕ ਸਾਨੂੰ ਸਾਰਿਆਂ ਨੂੰ ਸੱਭੇ ਸਾਂਝੀ ਵਾਸਦਾ ਹੈ ਨਾ, ਇੱਕ ਪਿਆਰ ਦਾ ਰਸਤਾ ਸਾਨੂੰ ਮੈਸੇਜ ਦਿੱਤਾ ਸੀਗਾ ਕਿ ਅਸੀਂ ਸਾਰਿਆਂ ਰਲ ਕੇ ਇੱਕ ਮਨੁੱਖਤਾ ਦਾ ਮੈਸੇਜ ਸੀਗਾ ਹੈ ਨਾ, ਪਰ ਅਸੀਂ ਉਹ ਚੀਜ਼ ਤੋਂ ਕਿੰਨੇ ਦੂਰ ਚਲ ਗਏ, ਨਫ਼ਰਤਾਂ ਵੱਧ ਗਈਆਂ, ਅਸੀਂ ਦੂਜੇ ਧਰਮਾਂ ਬਾਰੇ ਨਫ਼ਰਤਾਂ ਪੈਦਾ, ਅਸੀਂ ਆਪਣੇ ਅੰਦਰ ਕਿੰਨੀਆਂ ਜਥੇਬੰਦੀਆਂ ਵਾਂ। ਮੈਨੂੰ ਕੋਈ ਪੁੱਛੂਗਾ ਤੁਸੀਂ ਕਿਹੜੇ ਟਕਸਾਲ ਦੇ ਆ, ਕਿ ਅਖੰਡ ਕਿੰਨੀ ਜਥੇ ਦੇ ਕੇ ਮਿਸ਼ਨ ਦੇ ਆ, ਮੈਂ ਕਹੂੰ ਵਾਹਿਗੁਰੂ ਮੈਂ ਕਿਸੇ ਜਥੇ ਦਾ ਨਹੀਂ, ਮੈਂ ਸਿਰਫ ਗੁਰੂ ਨਾਨਕ ਸਾਹਿਬ ਦੇ ਜਥੇ ਦਾ। ਮੈਂ ਜਦ ਕਿ ਸਾਡਾ ਧਰਮ ਕਹਿੰਦਾ ਮਾਨਸ ਜੀ ਜਾ ਸਭ ਇੱਕ ਹੀ ਪਹਿਚਾਨ ਬੋ, ਪਰ ਸਾਡੇ 'ਚ ਫਿਰ ਕੇ ਬਹੁਤ ਬਣ ਚੁੱਕੇ ਆ। ਤੁਹਾਡੀ ਦਸਤਾਰ ਵੱਲ ਵੇਖ ਕੇ, ਤੁਹਾਡੇ ਬਾਣੇ ਵੱਲ ਵੇਖ ਕੇ ਤੁਹਾਡੀ ਪਹਿਚਾਣ ਕੀਤੀ ਜਾਂਦੀ ਤੁਸੀਂ ਕਿਸ ਸੰਸਥਾ ਨੂੰ ਜੁੜੇ ਆ, ਪਰ ਇੱਕ ਆਪਾਂ ਸਿੱਖ ਬਣੀਏ ਹੈ ਨਾ। ਸਿੱਖ ਦਾ ਮਤਲਬ ਸਿੱਖਣਾ, ਅਸੀਂ ਸਿੱਖ ਤਾਂ ਕੋਈ ਵੀ ਨਹੀਂ ਰਿਹਾ, ਸਾਰੇ ਸਿਖਾ ਹੀ ਰਹੇ ਆ। ਹਰ ਬੰਦਾ ਦਾ ਮੈਨੂੰ ਜ਼ਿਆਦਾ ਪਤਾ, ਮੈਂ ਸਿਖਾਉਣਾ ਨਾ, ਅਤੇ ਜੇ ਗੁਰੂ ਸਾਹਿਬ ਨੇ ਇਹਦਾ ਨਾ ਹੀ ਸਿੱਖ ਰੱਖਿਆ ਤਾਂ ਕਿਸੇ ਮਕਸਦ ਨੂੰ ਰੱਖਿਆ ਸਿੱਖਣਾ। ਇੱਕ ਪਿਆਰ ਵਾਲਾ ਰਸਤਾ ਵਾ, ਇਹਨੂੰ ਆਪਾਂ ਸਾਰਿਆਂ ਨੂੰ ਪਿਆਰ ਵੰਡੀਏ। ਵੇਖੋ ਗੋਰੇ ਸਿੱਖ ਧਰਮ ਨੂੰ ਸੁਣ ਕੇ ਪ੍ਰਭਾਵਿਤ ਹੋ ਕੇ ਅੰਮ੍ਰਿਤ ਛੱਕ ਰਹੇ ਆ, ਹੁਣ ਵੀ ਪਿੱਛੇ ਜੇ ਮੇਰੇ ਨਾਲ ਆਏ ਸੀਗੇ ਉਹ ਅੰਮ੍ਰਿਤ ਛੱਕ ਕੇ ਗਏ ਆ, ਅਤੇ ਜਿਹੜੇ ਸਾਡੇ ਵੇਲੇ ਉਹ ਗੋਰੇ ਬਣ ਨੂੰ ਫਿਰਦੇ ਹੈ ਨਾ। ਸੋ ਇਹ ਇੱਕ ਬੜੀ ਪਿਆਰ ਜੀ ਦੀ ਲੋੜ ਹੈ। ਸਮਾਂ ਜਿਹੜਾ ਵਾ, ਸਾਰੇ ਜਿਹੜੇ ਆਪਣੇ ਮੋਢੀ ਆ ਆਪਣੀ ਕਿਤੇ ਹੋਮੇ ਨੂੰ ਮਾੜਾ ਜਿਹਾ ਆਪਣੇ ਦਰਵਾਜ਼ੇ ਤੋਂ ਬਾਹਰ ਕੱਢ ਦੇਣ, ਅਤੇ ਇਹ ਸਾਰਿਆਂ ਨੂੰ ਗੱਲ ਨਾਲ ਲੋੜ ਦੀ ਲੋੜ ਆ। ਹਰ ਤੁਹਾਡੀ ਆਖਰੀ ਟਿੱਪਣੀ ਕੀ ਆ, ਹੱਲ ਕੀ ਆ ਇਹਦਾ, ਔਰ ਵਜ੍ਹਾ ਕੀ ਆ? ਹੱਲ ਪਿਆਰ ਆ, ਪਿਆਰ ਹੀ ਹਰ ਚੀਜ਼ ਦਾ ਵਿੱਚ ਹੀ ਹੱਲ ਆ ਹੈ ਨਾ। ਆਪਣੀ ਹੋਮੇ ਨੂੰ ਬਾਹਰ ਛੱਡ ਕੇ, ਉਹ ਆਪਾਂ ਪੰਜ ਜਣੇ ਆ, ਪੰਜੇ ਨਹੀਂ ਆਪਣੇ ਹੋਮੇ ਛੱਡਣੀ ਚਾਹੁੰਦੇ, ਪੰਜੇ ਨਹੀਂ ਨਿਆਉਣਾ ਚਾਹੁੰਦੇ। ਜਿੱਦ ਉਹ ਗੁਰੂ ਸਾਹਿਬ ਜੀ ਕਹਿ ਰਹੇ ਹੋਮੇ ਨਾਵੇ ਨਾਲ ਵਿਰੋਧ ਹੈ, ਦੋਵੇਂ ਨਾ ਵਸੇ ਇੱਕ ਥਾਂ ਹੈ ਨਾ। ਅਤੇ ਇਹ ਆਪਾਂ ਨੂੰ ਬਾਹਰ ਛੱਡ ਕੇ ਲੋੜ ਆ ਗੱਲ ਨਾਲ ਲਾਉਣ ਦੀ, ਪਿਆਰ ਦੀ। ਇਹ ਸਮਾਂ ਇਹ ਵਾ ਵੀ ਆਪਾਂ ਨੂੰ ਪਿਆਰ ਦੀ ਲੋੜ ਆ। ਆਪਾਂ ਸਾਰੇ ਹੈ ਤਾਂ ਇੱਕ ਵੱਖੋ ਵੱਖ ਸੋਚ ਹੋ ਸਕਦੀ ਸਾਡੀ, ਪਰ ਪੁੱਤ ਤਾਂ ਆਪਾਂ ਇੱਕੋ ਹੀ ਪਿਓ ਦੇ ਹੈ ਨਾ। ਜਿਹੜਾ ਸਮਾਂ ਵਾ ਇਹ ਲੋੜ ਆ ਕਿ ਅਸੀਂ ਸਾਰੇ ਰਲ ਕੇ ਇਹ ਮਾਣ ਮਹਿਸੂਸ ਕਰੀਏ, ਦੂਜਿਆਂ ਨੂੰ ਦੱਸਣ ਦੀ ਆਪਾਂ ਕਰਦੇ ਹਾਂ। ਬਾਹਰਲੇ ਦੇਸ਼ਾਂ 'ਚ ਵੀ ਅਸੀਂ ਸਿੱਖੀ ਬਾਰੇ ਦੱਸ ਰਹੇ ਹਾਂ, ਸਿੱਖ ਧਰਮ ਬਾਰੇ ਜਾਣੋ। ਮੈਨੂੰ ਕਦੀ ਸੋਚਦਾ ਨਾ ਕਿ ਸਿੱਖ ਦੇ ਗੁਣ ਉਹਦੇ ਵਿੱਚ ਹੋਣ ਨਾ, ਅਸਲ ਵਿੱਚ ਸਿੱਖ ਹੋਵੇ, ਇਕੱਲੀ ਗੱਲ ਦਸਤਾਰ ਦੀ ਜਾਂ ਸਰੂਪ ਦੀ ਨਹੀਂ, ਸਿੱਖੀ ਵਾਲੇ ਗੁਣ ਹੋਣ, ਉਹਨੂੰ ਦੱਸਣ ਦੀ ਲੋੜ ਨਹੀਂ ਕਿ ਮੈਂ ਸਿੱਖ ਹਾਂ। ਉਹਦੇ 'ਚ ਖੁਸ਼ਬੂ, ਉਹਦੇ ਕਿਰਦਾਰ 'ਚ ਵੀ ਹੋਣਾ ਚਾਹੀਦਾ, ਉਹਦੇ 'ਚੋਂ ਕਿਰਦਾਰ, ਉਹਦੇ 'ਚੋਂ ਖੁਸ਼ਬੂ ਆਵੇ ਕਿ ਇਹ ਸਿੱਖ ਆ, ਤਾਂ ਲੋਕ ਤੁਹਾਡੇ ਬਾਰੇ ਦੱਸਣਗੇ ਤੁਸੀਂ ਸਿੱਖ ਆ। ਉੱਥੇ ਬੈਠੇ ਗੋਰੇ ਦੱਸਦੇ ਕਿ ਇਹ ਸਿੱਖ ਆ ਹੈ ਨਾ। ਸੋ ਇਹ ਚੀਜ਼ ਦੀ ਲੋੜ ਹੈ ਕਿ ਅਸੀਂ ਇਹਨੂੰ ਕਹਿਣੀ ਅਤੇ ਕਰਨੀ 'ਚ ਪੂਰੇ ਬਣ ਸਕੀਏ ਹੈ ਨਾ। ਹੁਣ ਤੁਹਾਡੀ ਅੱਗੇ ਕੀ ਪਲੈਨਿੰਗ ਹੈਗੀ ਆ, ਕੁਝ ਹੋਰ ਨਵਾਂ ਕਰਨ ਜਾ ਰਹੇ ਹੋ? ਹੁਣ ਜਿਹੜੀ ਪਹਿਲਾਂ ਕਿਤਾਬ ਸੀਗੀ ਕਤਲੋਨੀਆ ਪੰਜ ਦਰਿਆਵਾਂ ਵਾਲੇ ਕਤਲੋਨੀਆ ਵਿੱਚ, ਅਤੇ ਉਸ 'ਚ ਹੁਣ ਦੂਸਰੀ ਕੀ, ਹੁਣ ਜਿਹੜੇ ਕਤਲੋਨੀਆ ਤੋਂ ਬਾਹਰ ਸਿੱਖ ਰਹਿੰਦੇ ਆ ਉਹਨਾਂ ਨੂੰ ਵੀ ਲੋੜ ਆ ਸਪੈਨਿਸ਼ ਸਿੱਖਣ ਦੀ, ਅਤੇ ਹੁਣ ਗੁਰੂ ਸਾਹਿਬ ਦੀ ਕਿਰਪਾ ਨਾਲ ਦੂਜੀ ਕਿਤਾਬ ਵੀ ਇਸੇ ਸਾਲ ਵਿੱਚ ਆ ਜਾਣੀ ਆ, ਜਿਹੜੇ ਸਪੈਨਿਸ਼ ਸਿੱਖਣੀ ਚਾਹੁੰਦੇ ਆ। ਬਾਕੀ ਜਿਹੜਾ ਸਾਊਥ ਅਮਰੀਕਾ ਸਾਰਾ, ਉੱਥੇ ਸਾਰੇ ਸਪੈਨਿਸ਼ ਚੱਲਦੀ, ਉੱਥੇ ਵੀ ਕਾਫੀ ਆਪਣੇ ਪੰਜਾਬੀ ਆ, ਅਤੇ ਉਹਦੇ ਵਾਸਤੇ, ਅਤੇ ਨਾਲ ਇੱਕ ਸਿੱਖ ਧਰਮ ਬਾਰੇ, ਸਿੱਖ ਹੈ ਕੀ ਆ, ਕਤਲਾਨ ਅਤੇ ਸਪੈਨਿਸ਼ ਭਾਸ਼ਾ ਵਿੱਚ ਵੀ ਦੋ ਕਿਤਾਬਾਂ ਗੁਰੂ ਸਾਹਿਬ ਜੀ ਕਿਰਪਾ ਕਰਨ, ਸੰਗਤ ਅਸੀਸ ਅਤੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਮੈਂ ਕਰ ਸਕਾਂ। ਗਗਨਦੀਪ ਸਿੰਘ ਜੀ, ਤੁਸੀਂ ਜਗਬਾਣੀ ਟੀਵੀ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਆਪ ਜੀ ਦਾ ਵੀ ਜੀ।